ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਰਾਤਰੀ ਦੇ ਦੀਵਾਨ ਚ ਹਾਜ਼ਰੀਆਂ ਫਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ ਹੇ ਕੋਈ ਸੰਤ ਮਿਲਾਵੇ 네ਰਾ ਆਸ ਪਿਆਸੀ ਜਿਤੋਂ ਦਿਨ ਰੈਣੀ ਹੇ ਕੋਈ ਸੰਤ ਮਿਲਾਵੇ 네ਰਾ ਗੁਰੂ ਕੇ ਇਹ ਵਚਨ ਜਗਿਆਸੂ ਵਾਹਿਗੁਰੂ ਜੀ ਦੇ ਦਰਸਨਾ ਲਈ ਪ੍ਰਾਰਥਨਾ ਕਰਦਾ ਹੈ ਜੋਦੜੀ ਕਰਦਾ ਹੈ ਅਰਦਾਸ ਕਰਦਾ ਹੈ ਧਰਮ ਦਾ ਮੁੱਢ ਅਰਦਾਸ ਤੋਂ ਹੀ ਸ਼ੁਰੂ ਹੁੰਦਾ ਹੈ ਹਰ ਧਰਮ ਦੇ ਅੰਦਰ ਅਰਦਾਸ ਦੀ ਬਹੁਤ ਵੱਡੀ ਮੰਨਤਾ ਹੈ ਇਹ ਹਰ ਸਮੇਂ ਮਨੁੱਖ ਕਿਸੇ ਨਾ ਕਿਸੇ ਰੂਪ ਚ ਮੰਗਦਾ ਹੀ ਰਹਿੰਦਾ ਹੈ ਗੁਰਬਾਣੀ ਵਿੱਚ ਸਤਿਗੁਰ ਸੱਚੇ ਪਤਸਾ ਜੀ ਨੇ ਹਨ ਮੰਗਣ ਦੀ ਗੱਲ ਕਹੀ ਹੈ ਪਰ ਮੰਗਣਾ ਕੀ ਹੈ ਮੰਗਣਾ ਕਿਵੇਂ ਹੈ ਮੰਗਣਾ ਕਿਸ ਪਾਸੋਂ ਹੈ ਜੇ ਇਸ ਗੱਲ ਦਾ ਪਤਾ ਲੱਗ ਜਾਏ ਤੇ ਸਤਿਗੁਰ ਸਾਹਿਬ ਜੀ ਕਹਿੰਦੇ ਮੰਗਣਾ ਸਫਲ ਹੋ ਜਾਂਦਾ ਹੈ ਮੰਗਣਾ ਮੰਗਨ ਨੀਕਾ ਹਰ ਜਸ ਕਰਤੇ ਮੰਗਣਾ ਜਿਵੇਂ ਕੋਈ ਪੰਛੀ ਹੁੰਦਾ ਹੈ ਪੰਛੀ ਨੂੰ ਉੱਚਿਆਂ ਉੱਡਣ ਦੇ ਲਈ ਮਜ਼ਬੂਤ ਖੰਭਾਂ ਦੀ ਲੋੜ ਹੈ ਖੰਭਾਂ ਤੋਂ ਬਿਨਾ ਉਹ ਚੀ ਉਡਾਰੀ ਨਹੀਂ ਪਰ ਸਕਦਾ ਪੰਛੀ ਜਿੰਨਾ ਮਰਜੀ ਤੰਦਰੁਸਤ ਹੋਵੇ ਨਰੋਵਾ ਹੋਵੇ ਜਿਵੇਂ ਕਿਸੇ ਦਰਖਤ ਨੂੰ ਹਰਿਆ ਭਰਿਆ ਰਹਿਣ ਦੇ ਲਈ ਮਜ਼ਬੂਤ ਜੜਾਂ ਦੀ ਨਰੋਈਆਂ ਜੜਾਂ ਦੀ ਲੋੜ ਹੈ ਜੜਾਂ ਤੋਂ ਬਿਨਾ ਦਰਖਤ ਹਰਾ-ਭਰਾ ਨਹੀਂ ਸਕਦਾ ਜੜਾ ਕੱਟ ਦਿੱਤੀਆਂ ਜਾਣ ਵੱਡਾ ਸਾਰਾ ਦਰਖਤ ਕੁਝ ਦਿਨਾਂ ਚ ਹੀ ਟਹਿ ਟੇਰੀ ਹੋ ਜਾਏਗਾ ਪੰਛੀ ਦੇ ਖੰਭ ਕੱਟ ਦਿੱਤੇ ਜਾਣ ਪੰਛੀ ਜਿਹੜਾ ਹੈ ਉਹ ਜਿੰਨਾ ਮਰਜੀ ਤੰਦਰੁਸਤ ਹੋਏ ਪਰ ਉਡਾਰੀ ਨਹੀਂ ਮਾਰ ਸਕੇਗਾ ਆਪਾਂ ਦੇਖਦੇ ਹਾਂ ਨਹਿਰਾਂ ਜਾਂਦੀਆਂ ਨੇ ਨਹਿਰਾਂ ਚੋਂ ਅੱਗੇ ਖਾਲ ਨਿਕਲਦੇ ਨੇ ਛੋਟੇ-ਛੋਟੇ ਖੇਤਾਂ ਨੂੰ ਪਾਣੀ ਦੇਣ ਦੇ ਲਈ ਜਿੱਥੋਂ ਜਿਹਾ ਸੂਏ ਚੋਂ ਖਾਲ ਨਿਕਲਦੇ ਨੇ ਉਹ ਜਿਹੜੀ ਮੋਰੀ ਹੁੰਦੀ ਉਹਨੂੰ ਜ਼ਿਮੀਂਦਾਰ ਮੋਗਾ ਕਹਿੰਦੇ ਨੇ ਉਹ ਮੋਗਾ ਅਗਰ ਸਾਫ਼ ਹੈ ਤੇ ਖਾਲ ਭਰ ਕੇ ਚੱਲੇਗਾ ਅੱਗੇ ਅਗਰ ਉਹਦੇ ਅੱਗੇ ਕੁਝ ਆ ਗਿਆ ਤੇ ਉਹ ਪਾਣੀ ਪੂਰਾ ਨਹੀਂ ਜਾਏਗਾ ਉਹ ਪਾਣੀ ਘਟਦਾ ਘਟਦਾ ਆਖਿਰ ਬੰਦ ਹੋ ਜਾਏਗਾ ਬਿਲਕੁਲ ਇਸ ਤਰ੍ਹਾਂ ਇਹ ਮਨੁੱਖ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਇਹ ਪੂਰਨ ਨਹੀਂ ਹੈ ਅਧੂਰਾ ਹੈ ਇਹ ਕਿਸੇ ਦੀ ਅੰਸ਼ ਹੈ ਅੰਸ਼ ਹੋਣ ਕਰਕੇ ਇਹ ਹਮੇਸ਼ਾ ਹੀ ਲੋੜ ਬੰਦ ਹੈ ਇਹ ਹਮੇਸ਼ਾ ਹੀ ਕਿਤੇ ਨਾ ਕਿਤੇ ਇਹਦੀਆਂ ਲੋੜਾਂ ਬਣੀ ਆ ਰਹੀਆਂ ਨੇ ਮੰਗਦਾ ਰਹਿੰਦਾ ਹੈ ਅਰਦਾਸ ਉਹ ਖੰਭ ਨੇ ਅਸੀਂ ਮਾਨਸਿਕ ਤੌਰ ਤੇ ਅਸੀਂ ਸਰੀਰਕ ਤੌਰ ਤੇ ਜਦ ਅਸੀਂ ਕਿਸੇ ਵੀ ਪੱਖ ਤੋਂ ਅਗਰ ਉੱਚੇ ਉੱਠਣਾ ਹੈ ਵਿਕਾਸ ਕਰਨਾ ਹੈ ਤੇ ਉਹਦੇ ਲਈ ਅਰਦਾਸ ਇੱਕ ਬਹੁਤ ਵੱਡਾ ਸਾਧਨ ਹੈ ਬਹੁਤ ਵੱਡਾ ਇੱਕ ਸਾਨੂੰ ਸਤਿਗੁਰ ਜੀ ਨੇ ਇਹ ਜਰੀਆ ਦਿੱਤਾ ਹੈ ਪਰਮਾਤਮਾ ਦੇ ਪਿਆਰ ਜੁੜਨ ਦੇ ਲਈ ਇਸ ਕਰਕੇ ਜਿਵੇਂ ਪੰਛੀ ਦੇ ਖੰਭ ਨਾ ਹੋਣ ਉਹ ਉਡਾਰੀ ਨਹੀਂ ਮਾਰ ਸਕਦਾ ਜੇ ਮਨੁੱਖ ਜ਼ਿੰਦਗੀ ਚ ਅਰਦਾਸ ਨਾਲੋਂ ਹੀ ਟੁੱਟ ਜਾਏ ਉਹ ਆਤਮਿਕ ਤੌਰ ਤੇ ਵੀ ਨਹੀਂ ਖਿੜ ਸਕਦਾ ਜ਼ਰੂਰੀ ਨਹੀਂ ਕਿ ਅਰਦਾਸ ਕੋਈ ਦੁਨੀਆਵੀ ਮੰਗਾਂ ਦੇ ਲਈ ਹੈ ਅਸੀਂ ਕਈ ਵਾਰੀ ਇਹ ਗੱਲ ਕਹਿੰਨੇ ਕਿ ਸਾਡੀ ਅਰਦਾਸ ਮੰਨੀ ਨਹੀਂ ਜਾਂਦੀ ਫਲਾਣੇ ਥਾਂ ਅਰਦਾਸ ਕੀਤੀ ਸੀ ਉਹ ਮੰਨੀ ਨਹੀਂ ਗਈ। ਦਰਸਲ ਪਰਮਾਤਮਾ ਸਾਡੀਆਂ ਸਾਰੀਆਂ ਅਰਦਾਸਾਂ ਸੁਣਦਾ ਹੈ। ਔਰ ਜੇ ਸਾਡੀ ਅਰਦਾਸ ਮੰਨੀ ਨਹੀਂ ਗਈ ਉਹਦੇ ਲਈ ਸਾਨੂੰ ਅੰਦਰ ਝਾਤ ਮਾਰਨੀ ਚਾਹੀਦੀ ਕਿ ਅਸੀਂ ਅਰਦਾਸ ਕੀਤੀ ਵੀ ਹੈ ਕਿ ਲੋਕ ਦਿਖਾਵਾ ਕੀਤਾ ਹੋਇਆ ਹੈ। ਅਰਦਾਸਾਂ ਜ਼ਿਆਦਾਤਰ ਕੀ ਹੁੰਦਾ ਹੈ ਦਿਖਾਵੇ ਲਈ ਹੁੰਦੀਆਂ ਨੇ ਬਾਹਰੋਂ ਹੁੰਦੀਆਂ ਨੇ। ਅਰਦਾਸ ਪਹਿਲਾਂ ਹਿਰਦੇ ਚੋਂ ਪੈਦਾ ਹੁੰਦੀ ਹੈ। ਹਿਰਦੇ ਤੋਂ ਬਾਅਦ ਉਹ ਲਬਜ ਬਣਦੇ ਨੇ ਮੁਖ ਦੇ ਰਹੀਂ ਬਾਹਰ ਨਿਕਲਦੀ ਐ ਉਦੋਂ ਅਰਦਾਸ ਬਣਦੀ ਜੇ ਕੇਵਲ ਮੁਖ ਤੋਂ ਹੀ ਚੱਲ ਰਹੀ ਐ ਗੱਲ ਹਿਰਦੇ ਚੋਂ ਨਹੀਂ ਹੋ ਰਹੀ ਗੁਰਬਾਣੀ ਨੇ ਯਕੀਨ ਦੋਆਇਆ ਕਿ ਬਿਰਥੀ ਕਦਨ ਹੋਵੀ ਜਨ ਕੀ ਅਰਦਾਸ ਮਨੁੱਖ ਦੀ ਅਰਦਾਸ ਕਦੀ ਬਿਰਥੀ ਨਹੀਂ ਹੁੰਦੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਅਸੀਂ ਸੋਚਦੇ ਹਾਂ ਕਿ ਅਰਦਾਸ ਸਿਰਫ ਦੁਨਿਆਵੀ ਸਾਧਨਾਂ ਲਈ ਐ ਔਰ ਮਨੁੱਖ ਨੇ ਇਹਨਾਂ ਨੂੰ ਕਿ ਦੁਨਿਆਵੀ ਲੋੜਾਂ ਲਈ ਸਭ ਕੁਝ ਸਮਝ ਲਿਆ ਇਹਦੇ ਚ ਕੋਈ ਸ਼ੱਕ ਨਹੀਂ ਐ ਕਿ ਸਾਡੀਆਂ ਦੁਨਿਆਵੀ ਲੋੜਾਂ ਵੀ ਪਰਮਾਤਮਾ ਹੀ ਪੂਰੀਆਂ ਕਰਦੇ ਆਂ ਜਿੱਥੋਂ ਤੱਕ ਦੁਨਿਆਵੀ ਲੋੜਾਂ ਦੀ ਗੱਲ ਹੈ ਇਸ ਕਾਇਨਾਤ ਅੰਦਰ ਜੋ ਕੁਝ ਵੀ ਇਹ ਮਨੁੱਖ ਦਾ ਹੀ ਹੈ ਪਰਮਾਤਮਾ ਨੇ ਨਹੀਂ ਵਰਤਣਾ ਇਹ ਮਨੁੱਖ ਲਈ ਬਣਾਇਆ ਹੈ ਹਰ ਮਨੁੱਖ ਨੂੰ ਰੱਬ ਨੇ ਬਹੁਤ ਕੁਝ ਦੇ ਕੇ ਭੇਜਿਆ ਕਿਸੇ ਪੱਖ ਤੋਂ ਗਰੀਬ ਨਹੀਂ ਕਿਸੇ ਮਨੁੱਖ ਨੂੰ ਰੱਖਿਆ ਹੋਇਆ ਕਿਸੇ ਮਨੁੱਖ ਨੂੰ ਘਟ ਨਹੀਂ ਦਿੱਤਾ ਹੋਇਆ ਜਿੰਨਾ ਜਿੰਨਾ ਕੋ ਉਦਮ ਕਰਦਾ ਹੈ ਜਿੰਨਾ ਜਿੰਨਾ ਕੋ ਜਾਗਰੂਕ ਹੈ ਜਿੰਨਾ ਜਿੰਨਾ ਕੋ ਯਤਨ ਕਰਦਾ ਹੈ ਉਹਨਾਂ ਅੱਗੇ ਵਧ ਰਿਹਾ ਹੈ ਜੇ ਕੋਈ ਅਮੀਰ ਹੈ ਤੇ ਉਹਨੇ ਕੋਈ ਯਤਨ ਕੀਤਾ ਅੱਗੇ ਵਧ ਰਿਹਾ ਜੇ ਕੋਈ ਤਗੜਾ ਹੈ ਤੇ ਉਹ ਆਪਣੇ ਸਰੀਰ ਵੱਲ ਧਿਆਨ ਦੇ ਰਿਹਾ ਤਾਂ ਤਗੜਾ ਹੈ ਜੇ ਮੈਂ ਰੋਗੀ ਹਾਂ ਤੇ ਉਹਦੇ ਵਿੱਚ ਪਰਮਾਤਮਾ ਰੋਗ ਨਹੀਂ ਲਾਉਂਦਾ ਉਹਦੇ ਵਿੱਚ ਸਾਡੀਆਂ ਆਪਣੀਆਂ ਹੁਣਤਾਈਆਂ ਹੋ ਸਕਦੀਆਂ ਨੇ ਇਸ ਕਰਕੇ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ ਅਰਦਾਸ ਕੀ ਸਾਨੂੰ ਦਿੰਦੀ ਹੈ ਅਰਦਾਸ ਕਾਦੇ ਲਈ ਕਰਨੀ ਹੈ ਸਭ ਤੋਂ ਪਹਿਲੀ ਗੱਲ ਕਿ ਅਰਦਾਸ ਆਪਣੇ ਨਿਜ ਆਪਾ ਨੂੰ ਪਰਮਾਤਮਾ ਚ ਜੋੜਨ ਦਾ ਇੱਕ ਬਹੁਤ ਵੱਡਾ ਵਸੀਲਾ ਹੈ ਅਸੀਂ ਅਧੂਰੇ ਆ ਉਸ ਪੂਰਨ ਪ੍ਰਮਾਤਮਾ ਚ ਲੇਵਲੀਨ ਹੋਣ ਲਈ ਸਭ ਤੋਂ ਵੱਡਾ ਸਾਧਨ ਅਰਦਾਸ ਹੈ ਜਦੋਂ ਅਸੀਂ ਅਰਦਾਸ ਕਰਦੇ ਆ ਸਾਡੇ ਅੰਦਰ ਸਵੈਮਾਨ ਪੈਦਾ ਹੁੰਦਾ ਹੈ ਸਾਡੇ ਅੰਦਰ ਜਿਹਨੂੰ ਆਪਾਂ ਕਹਿੰਦੇ ਸਵੈਬਲ ਪੈਦਾ ਹੁੰਦਾ ਹੈ ਮਨੋਬਲ ਪੈਦਾ ਹੁੰਦਾ ਹੈ ਜਦੋਂ ਅਸੀਂ ਅਰਦਾਸ ਕਰਦੇ ਆ ਸਾਡੀ ਉਸ ਪ੍ਰਮਾਤਮਾ ਨਾਲ ਸਾਂਝ ਬਣਦੀ ਹੈ ਜੋ ਸਾਡੇ ਅੰਦਰ ਇੱਕ ਉੱਚੀ ਸੋਚ ਉੱਚੀ ਤਾਕਤ ਉੱਚਾ ਬਲ ਪੈਦਾ ਕਰਦੀ ਹੈ ਜਿਹਦੇ ਆਸਰੇ ਸਾਡੀ ਜ਼ਿੰਦਗੀ ਦੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ ਜੇ ਅਰਦਾਸ ਅਸੀਂ ਇਕਾਗਰਤਾ ਨਾਲ ਨਹੀਂ ਕੀਤੀ ਸਿਆਣੇ ਕਹਿੰਦੇ ਜੇ ਅਰਦਾਸ ਕਰਨੀ ਹੈ ਨਾ ਪਹਿਲੀ ਗੱਲ ਕਿ ਦੁਨਿਆਵੀ ਚੀਜ਼ਾਂ ਦੀ ਤੇ ਜੇ ਲੋੜ ਹੈ ਪਰਮਾਤਮਾ ਸਭ ਕੁਝ ਸੁਣਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕੇ ਮੰਗੋ ਰਾਮ ਤੇ ਸਭ ਥੋਕ ਮੰਨ ਕੋ ਜਾਸ ਸੰ ਚਾਹੀਏ ਪ੍ਰਭ ਕੇ ਸਿਮਰਨ ਮੋਖ ਸਭ ਕੁਝ ਪਰਮਾਤਮਾ ਪਾਸੋਂ ਮੰਗਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਵੇਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਗੁਰ ਵਣ ਤ੍ਰਣ ਹਰਿਆ ਕੀਤਿਆ ਨਾਨਕ ਕਿਹਾ ਮਨੁੱਖ ਗੁਰੂ ਤੇ ਇੰਨਾ ਸਮਰੱਥ ਹੈ ਕਿ ਉਹਨੇ ਤੇ ਵਣ ਤ੍ਰਣ ਨੂੰ ਹਰ ਚੀਜ਼ ਨੂੰ ਹਰਿਆ ਕਰ ਦਿੱਤਾ ਤੇ ਮਨੁੱਖ ਕਿਉਂ ਨਹੀਂ ਹਰਿਆ ਹੋਏਗਾ ਮਨੁੱਖ ਨੂੰ ਕਿਉਂ ਨਹੀਂ ਖੁਸ਼ਹਾਲੀ ਮਿਲੇਗੀ ਪਰ ਮਸਲਾ ਇਹ ਹੈ ਕਿ ਮਨੁੱਖ ਮੰਗਦਾ ਹੀ ਉਹ ਹੈ ਜਿਹਦੇ ਵਿੱਚੋਂ ਹੋਰ ਦੁੱਖ ਪੈਦਾ ਹੁੰਦੇ ਜਾਣ ਸੰਸਾਰਿਕ ਲੋੜਾਂ ਲਈ ਆਪਣੀਆਂ ਪੂਰਤੀਆਂ ਦੇ ਲਈ ਜੇ ਅਸੀਂ ਜੇ ਮੰਗੀਏ ਕੋਈ ਹਰਜ ਨਹੀਂ ਹੈ ਮੰਗਣ ਵਿੱਚ ਪਰ ਇਹ ਸੰਸਾਰਕ ਵਸਤੂਆਂ ਵੀ ਸਾਡੇ ਜੇ ਪ੍ਰਮਾਤਮਾ ਨਾਲ ਜੁੜਨ ਦਾ ਸਾਧਨ ਬਣ ਜਾਣ ਤੇ ਫਿਰ ਤੇ ਮੁਬਾਰਕ ਹੈ ਪਰ ਜਦੋਂ ਮਨੁੱਖ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਪ੍ਰਮਾਤਮਾ ਨਾਲੋਂ ਹੀ ਟੁੱਟ ਜਾਂਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਇਹ ਚੀਜ਼ਾਂ ਬਣ ਜਾਂਦੀਆਂ ਨੇ ਫਿਰ ਤੇ ਉਹਨੂੰ ਦੁੱਖਾਂ ਤੋਂ ਕੋਈ ਨਹੀਂ ਨਾ ਬਚਾ ਸਕੇਗਾ ਸਤਗੁਰੂ ਜੀ ਕਿਹਨੇ ਸਿਰ ਦੁੱਖਾਂ ਕੇ ਦੁੱਖ ਪ੍ਰਮਾਤਮਾ ਤੋਂ ਬਿਨਾਂ ਹੋਰ ਜੋ ਕੁਝ ਅਸੀਂ ਮੰਗਦੇ ਆ ਉਤੇ ਦੁੱਖਾਂ ਨੂੰ ਸ਼ਿਹੜਨ ਵਾਲੀ ਗੱਲ ਹੀ ਹੈ ਦੁੱਖਾਂ ਤੋਂ ਮੁਕਤ ਹੋਣ ਵਾਲੀ ਗੱਲ ਨਹੀਂ ਹੈ ਇਸ ਕਰਕੇ ਗੁਰਬਾਣੀ ਨੇ ਸਾਨੂੰ ਇੱਕ ਜਾਚ ਦੱਸੀ ਕਿ ਅਸੀਂ ਅਰਦਾਸ ਕਰਨੀ ਕੀ ਹੈ ਕਿਹਦੇ ਅੱਗੇ ਕਰਨੀ ਕਿਵੇਂ ਕਰਨੀ ਹੈ ਜੇ ਸਾਨੂੰ ਪਤਾ ਲੱਗ ਜਾਏ ਕਿ ਅਰਦਾਸ ਕਰਨੀ ਕਿਵੇਂ ਹੈ ਕਿਹਦੇ ਅੱਗੇ ਕਰਨੀ ਹੈ ਫਿਰ ਅਰਦਾਸ ਕਦੀ ਬਿਰਥ ਹੀ ਨਹੀਂ ਹੁੰਦੀ ਔਰ ਸਿਆਣੇ ਕਹਿੰਨੇ ਕਿ ਅਰਦਾਸ ਕਰਨੀ ਸਭ ਤੋਂ ਪਹਿਲਾਂ ਆਪਾਂ ਉਹਦੇ ਅੱਗੇ ਅਰਦਾਸ ਕਰੀਏ ਜਿਦੇ ਅਗੇ ਅਰਦਾਸ ਕਰਿਓ ਤੇ ਸਾਨੂੰ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਕਿ ਅੰਤਰਜਾਮੀ ਹੈ ਉਹ ਜਾਣਦੇ ਸਾਡੀ ਦਿਲ ਦੀ ਗੱਲ ਪਹਿਲੀ ਗੱਲ ਆਪਣੇ ਇਸ਼ਟ ਦੇ ਉੱਪਰ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਅਗਲੀ ਗੱਲ ਇਹ ਹੈ ਕਿ ਅਰਦਾਸ ਕਰਦੇ ਹਾਂ ਬਿਲਕੁਲ ਸਮਰਪਣ ਹੋ ਜਾਣਾ ਚਾਹੀਦਾ ਇਮਾਨਦਾਰੀ ਨਾਲ ਅਰਦਾਸ ਕਰਨੀ ਚਾਹੀਦੀ ਹੈ ਇਹ ਨਹੀਂ ਹੈ ਕਿ ਮੈਨੂੰ ਪਤਾ ਹੈ ਮੇਰੇ ਔਗਣਾ ਦਾ ਮੈਨੂੰ ਮੇਰੀਆਂ ਬੁਰਾਈਆਂ ਦਾ ਪਤਾ ਹੈ ਲੇਕਿਨ ਮੈਂ ਆਪਣੀਆਂ ਬੁਰਾਈਆਂ ਨੂੰ ਲੁਕਾ ਕੇ ਵੀ ਬੜੀ ਲਫਜ਼ਾਂ ਦੇ ਨਾਲ ਰੱਬ ਨੂੰ ਜਿਵੇਂ ਲੋਕਾਂ ਨੂੰ ਨਹੀਂ ਅਸੀਂ ਗੁੰਮਰਾਹ ਕਰ ਲਿੰਦੇ ਲੱਭਾਂ ਦੇ ਨਾਲ ਅਸੀਂ ਰੱਬ ਨੂੰ ਵੀ ਗੁੰਮਰਾਹ ਕਰਨਾ ਚਾਹੁੰਨੇ ਸਾਨੂੰ ਪਤਾ ਹੈ ਸਭ ਤੋਂ ਪਹਿਲੀ ਗੱਲ ਕਿ ਅਰਦਾਸ ਕਰਨ ਦੇ ਲਈ ਅੰਦਰੋਂ ਈਮਾਨਦਾਰ ਹੋਣ ਦੀ ਲੋੜ ਹੈ ਆਪਣੀਆਂ ਸਾਰੇ ਉਹ ਔਗਣ ਜਿਹੜੇ ਨੇ ਗੁਰੂ ਅੱਗੇ ਖੜ ਕੇ ਦੱਸ ਦੇਣੇ ਚਾਹੀਦੇ ਨੇ ਗੁਰੂ ਨੂੰ ਦੱਸ ਦੇਣ ਦੇ ਨਾਲ ਸਾਡੇ ਔਗਣ ਵੀ ਮਿਟਦੇ ਨੇ ਪਰ ਅਸੀਂ ਔਗਣ ਤਾਂ ਛੱਡਣਾ ਹੀ ਨਹੀਂ ਚਾਹੁੰਦੇ ਹਰ ਬੰਦਾ ਚਾਹੁੰਦਾ ਮੇਰਾ ਕਾਰੋਬਾਰ ਵਧੀਆ ਚੱਲੇ ਪਰ ਮੈਂ ਬੇਈਮਾਨੀ ਨਹੀਂ ਛੱਡਣਾ ਚਾਹੁੰਦਾ ਫਿਰ ਵੀ ਕਿੰਨਾ ਕਿ ਮੇਰਾ ਕਾਰੋਬਾਰ ਵਧੀਆ ਚੱਲੇ ਹਰ ਬੰਦਾ ਚਾਹੁੰਦਾ ਕਿ ਤੰਦਰੁਸਤ ਹੋਵਾਂ ਮੈਂ ਤੰਦਰੁਸਤੀ ਪਰਮਾਤਮਾ ਮ ਬਖਸ਼ਦਾ ਪਰ ਮੈਂ ਆਪਣੀ ਜੀਉਣ ਦੀ ਸ਼ੈਲੀ ਨਹੀਂ ਬਦਲਣਾ ਚਾਹੁੰਦਾ ਮੈਂ ਔਗਣਾ ਨੂੰ ਬੁਰਾਈਆਂ ਨੂੰ ਖਾਣ ਪੀਣ ਨੂੰ ਨਹੀਂ ਬਦਲਣਾ ਚਾਹੁੰਦਾ ਡਾਕਟਰ ਦੇਖੋ ਦਵਾਈ ਦਿੰਦਾ ਡਾਕਟਰ ਕਹਿੰਦਾ ਕਿ ਇਹ ਦਵਾਈ ਵਰਤੋ ਪਰ ਆ ਨਾਲ ਪ੍ਰੇਜ ਵਰਤੋ ਮੈਂ ਪ੍ਰੇਜ ਨਹੀਂ ਕਰਨਾ ਚਾਹੁੰਦਾ ਪਰ ਡਾਕਟਰ ਨੂੰ ਕਿੰਨਾ ਤੇਰੀ ਦਵਾਈ ਨਾਲ ਰਾਮ ਹੀ ਨਹੀਂ ਆਇਆ ਡਾਕਟਰ ਨੂੰ ਮੈਂ ਔਲੰਭਾ ਦਿੰਦਾ لیکن میں کبھی نہیں سوچا کہ میں او زندگی چ اپنے ਖਾਣ ਪੀਣ ਤੇ ਕਿੰਨਾ ਕੋ ਧਿਆਨ ਦਿੰਦਾ ਐ اس ਕਰਕੇ ਸਿਆਣੇ ਕਹਿੰਦੇ ਪਹਿਲੀ ਗੱਲ ਕਿ ਆਪਣੇ ਇਸ਼ਟ ਦੇ ਉੱਪਰ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਹਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਉਹ ਸਾਡੀ ਅਰਦਾਸ ਸੁਣ ਰਿਹਾ ਹੈ ਉਹ ਅੰਤਰਜਾਮੀ ਹੈ ਉਹ ਜ਼ਰੂਰ ਸਾਡੀ ਸੁਨੇਗਾ ਔਰ ਪਰਮਾਤਮਾ ਤੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀ ਚਾਹੇ ਅਰਦਾਸ ਉਹ ਤੇ ਬਿਨਾ ਬੋਲਣ ਤੋਂ ਸਾਡੀਆਂ ਗੱਲਾਂ ਜਾਣਦਾ ਹੈ ਪਰ ਫਿਰ ਵੀ ਸਾਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਅਸੀਂ ਉਹਦੇ ਬੱਚੇ ਆਂ ਔਰ ਬੱਚਿਆਂ ਨੂੰ ਆਪਣੇ ਮਾਪਿਓ ਪਾਸੋਂ ਮੰਗਣ ਦਾ ਅਧਿਕਾਰ ਹੈ ਅਰਦਾਸ ਕਰਨ ਦਾ ਅਧਿਕਾਰ ਹੈ ਕਿਉਂਕਿ ਅਰਦਾਸ ਕੇਵਲ ਦੁਨਿਆਵੀ ਲੋੜਾਂ ਲਈ ਨਹੀਂ ਹੈ ਅਰਦਾਸ ਤਾਂ ਆਪਣਿ ਨਿੱਜ ਆਪੇ ਨੂੰ ਪਰਮਾਤਮਾ ਵਿੱਚ ਲਿਵਲਿਨ ਕਰਨ ਦੇ ਲਈ ਸੀ ਜਦੋਂ ਅਸੀਂ ਉਸ ਪਰਮਾਤਮਾ ਨਾਲ ਜੁੜ ਗਏ ਜੋ ਕੁਝ ਪਰਮਾਤਮਾ ਦਾ ਉਹ ਤੇ ਸਾਡਾ ਆਪਣੀ ਆਪ ਹੀ ਬਣ ਜਾਏਗਾ ਜੋ ਕੁਝ ਮਾਪਿਓ ਦਾ ਹੁੰਦਾ ਹੈ ਨਾ ਉਹ ਬੱਚਿਆਂ ਦਾ ਹੀ ਹੁੰਦਾ ਹੈ ਔਰ ਮਾਪਿਓ ਨੇ ਬੱਚਿਆਂ ਲਈ ਇਕੱਠਾ ਕੀਤਾ ਹੁੰਦਾ ਜੋ ਕੁਝ ਹੁੰਦਾ ਸਿਰਫ ਬੱਚੇ ਨੂੰ ਆਪਣੇ ਮਾਪਿਓ ਦੇ ਪਿਆਰ ਚ ਰਹਿਣ ਦੀ ਲੋੜ ਹੈ ਜੋ ਕੁਝ ਪ੍ਰਮਾਤਮਾ ਦਾ ਹੈ ਉਹ ਸਾਡਾ ਹੈ ਅਰਦਾਸ ਤਾਂ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਦੀ ਹੈ ਸਾਡੇ ਅੰਦਰ ਪਿਆਰ ਸਾਡੇ ਅੰਦਰ ਭਰੋਸਾ ਪੈਦਾ ਕਰਦੀ ਹੈ ਪਰ ਕਿਉਂਕਿ ਅਸੀਂ ਅਰਦਾਸ ਕੇਵਲ ਦੁਨੀਆਵੀ ਕੰਮਾਂ ਲਈ ਰੱਖੀ ਹੈ ਕਿ ਕੰਮ ਅੜ ਗਿਆ ਮੈਂ ਮਕਦਮਾ ਜਿੰਨੇ ਚਲੋ ਅਰਦਾਸ ਕਰ ਲਈਏ ਦੂਜਾ ਹਾਰ ਜੇ ਮੈਂ ਜਿੱਤ ਜਾਵਾਂ ਔਰ ਹੋਰ ਕਈ ਗੱਲਾਂ ਨੇ ਜਿੱਥੇ ਅਸੀਂ ਅਰਦਾਸ ਕਰਦੇ ਜਦੋਂ ਪੂਰੀ ਨਹੀਂ ਹੁੰਦੀ ਤੇ ਅਸੀਂ ਪ੍ਰਮਾਤਮਾ ਦੇ ਉੱਪਰ ਉਲਾਮੀ ਕਰਨੇ ਸ਼ੁਰੂ ਕਰ ਦਿੰਦੇ ਹਾਂ ਪਰਮਾਤਮਾ ਨੂੰ ਅਸੀਂ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਆ। ਸ਼ਾਇਨੇ ਕਹਿੰਦੇ ਪਹਿਲੀ ਗੱਲ ਆਪਣੇ ਪਰਮਾਤਮਾ ਦੇ ਉੱਪਰ ਪੂਰਨ ਵਿਸ਼ਵਾਸ ਹੋਵੇ। ਦੂਜੀ ਗੱਲ ਕਿ ਸਮਰਪਨੋ ਕੇ ਅਰਦਾਸ ਕਰੀਏ, ਇਮਾਨਦਾਰੀ ਨਾਲ ਅਰਦਾਸ ਕਰੀਏ। ਆਪਣੇ ਅੰਦਰ ਝਾਤ ਮਾਰੀਏ ਕਿ ਜੇ ਮੇਰਾ ਕੰਮ ਰੁਕੇ ਹੈ ਜਾਂ ਮੇਰੀ ਜ਼ਿੰਦਗੀ ਚ ਕੋਈ ਰੁਕਾਵਟ ਹੈ ਤੇ ਉਹਦੇ ਲਈ ਮੇਰੀ ਤੇ ਕੋਈ ਕਮੀ ਨਹੀਂ ਹੈ। ਕੋ ਮੈਂ ਤਾਂ ਨਹੀਂ ਉੱਥੇ ਰੁਕਾਵਟ ਬਣਿਆ ਹੋਇਆ। ਉਹ ਆਪਣੀ ਰੁਕਾਵਟ ਜਾਂ ਆਪਣੀ ਜੋ ਬਰਾਈ ਹੈ ਉਹ ਆਪਣੇ ਗੁਰੂ ਅੱਗੇ ਰੱਖ ਦਈਏ। ਜਿਵੇਂ ਡਾਕਟਰ ਕੋਲ ਜਾਣਾ ਤੇ ਆਪਣੀ ਸਾਰੀ ਬਿਮਾਰੀ ਗਲਤੀਆਂ ਜ਼ਿੰਦਗੀ ਦੀਆਂ ਉਹਨੂੰ ਦੱਸ ਦਈਏ ਆਪਾਂ ਕਿ ਇੱਥੇ ਇਹ ਕਰਕੇ ਅਸੀਂ ਰੋਗ ਗਏ ਇਹ ਕਰਕੇ ਸਾਨੂੰ ਇਹ ਰੋਗ ਲੱਗਾ ਦਸ ਦਿਨ ਦੇ ਨਾਲ ਪੂਰੀ ਹਿਸਟਰੀ ਡਾਕਟਰ ਵੀ ਰੋਗ ਨੂੰ ਸਮਝ ਜਾਂਦਾ ਹੈ ਇਸ ਕਰਕੇ ਅਰਦਾਸ ਕਰਨ ਲੱਗੇ ਅੰਦਰੋਂ ਇਮਾਨਦਾਰ ਹੋ ਕੇ ਸਮਰਪਿਤ ਹੋ ਜਾਈਏ ਅਗਲੀ ਗੱਲ ਹੈ ਕਿ ਅੰਦਰ ਸਾਡੇ ਸਦਕ ਵੀ ਹੋਣਾ ਚਾਹੀਦਾ ਹੈ ਸਦਕ ਦਾ ਅਰਥ ਹੈ ਕਿ ਜੋ ਕੁਝ ਮਿਲ ਗਿਆ ਉਹਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਜ਼ਰੂਰੀ ਨਹੀਂ ਜੋ ਕੁਝ ਅਸੀਂ ਮੰਗਦੇ ਉਹ ਸਾਡੇ ਲਈ ਠੀਕ ਹੋਏ ਜ਼ਰੂਰੀ ਨਹੀਂ ਮਾਂ ਦੇ ਕੋਲ ਬੱਚਾ ਬੈਠਾ ਹੁੰਦਾ ਹੈ ਬੱਚੇ ਦਾ ਕੰਮ ਜਿੱਦ ਕਰਨਾ ਹੈ ਬੱਚਾ ਹਰ ਚੀਜ਼ ਨੂੰ ਖਡਾਉਣਾ ਸਮਝ ਲਿੰਦਾ ਤੇ ਮਾਂ ਬੈਠੀ ਹੈ ਆਪਣੇ ਚੌਕੇ ਦੇ ਅੰਦਰ ਬੱਚਾ ਤੇ ਚੁੱਲ੍ਹੇ ਦੀ ਅੱਗ ਨੂੰ ਵੀ ਕਈ ਵਾਰ ਖਡਾਉਣਾ ਸਮਝ ਬੈਠਦਾ ਤੇ ਉਹ ਹੁਣ ਬੱਚਾ ਜਿੱਦ ਕਰੇਗਾ ਤੇ ਮਾਂ ਉਹਨੂੰ ਰੋਕੇਗੀ ਕਹੇਗਾ ਜੀ ਮੇਰੀ ਅਰਦਾਸ ਹੀ ਨਹੀਂ ਮੰਨੀ ਮੇਰੀ ਗੱਲ ਹੀ ਨਹੀਂ ਉਣੀ ਮਾਂ ਨਹੀਂ ਹੈ ਮੇਰੀ ਮਾਂ ਉਹਨੂੰ ਰੋਕੇਗੀ ਵੀ ਜੇ ਨਹੀਂ ਮੰਨੇਗਾ ਛਿੜਕੇ ਵੀ ਕਦੀ ਚਪੇੜ ਵੀ ਮਾਰ ਦੇਵੇਗੀ ਤੇ ਕੀ ਉਹ ਕਹੇਗਾ ਕਿ ਮਾਂ ਬੜੀ ਜ਼ਾਲਮ ਹੈ ਮੇਰੀ ਗੱਲ ਹੀ ਨਹੀਂ ਸੁਣਦੀ ਸਾਡੀ ਹਾਲਾਤ ਉਸ ਬੱਚੇ ਵਰਗੀ ਹੈ ਕਿ ਕਈ ਵਾਰੀ ਸੀ ਉਹ ਚੀਜ਼ਾਂ ਮੰਗਣ ਦੀ ਜਿੱਦ ਕਰਦੇ ਆ ਜਿਹੜੀਆਂ ਸਾਡੇ ਹਿੱਤ 'ਚ ਨਹੀਂ ਹੁੰਦੀਆਂ ਜਿਹੜੀਆਂ ਸਾਡੇ ਲਈ ਸੁੱਖਾਂ ਦਾ ਕਾਰਨ ਹੀ ਹੁੰਦਾ ਗੁਰਬਾਣੀ ਕਹਿੰਦੀ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਜੋ ਅਸੀਂ ਪ੍ਰਮਾਤਮਾ ਤੋਂ ਬਿਨਾਂ ਹੋਰ ਜੋ ਕੁਝ ਮੰਗਦੇ ਆ ਕਈ ਵਾਰੀ ਦੁੱਖਾਂ ਨੂੰ ਸਹਿਣ ਲਈ ਮੰਗ ਲੈਂਦੇ ਆ ਉਦਾਹਰਨ ਦੇ ਤੌਰ ਤੇ ਅਸੀਂ ਸੋਚਦੇ ਕਿ ਸਾਡੇ ਕਾਰੋਬਾਰ ਵਧਿਆ ਹੋਣਾ ਚਾਹੀਦੇ ਨੇ ਹਰ ਬੰਦਾ ਚਾਹੁੰਦਾ ਕਿ ਮੇਰੇ ਕੋਲ ਬਹੁਤ ਪੈਸਾ ਹੋਣਾ ਚਾਹੀਦਾ ਹੈ ਪੈਸਾ ਆ ਜਾਂਦਾ ਪਰ ਪੈਸਾ ਹੋਣ ਤੇ ਕਿਹੜਾ ਬੰਦਾ ਜਿਹੜਾ ਹੰਕਾਰ ਨਹੀਂ ਕਰਦਾ ਕਿਹੜਾ ਬੰਦਾ ਹੈ ਜੇ ਉਹਦੇ ਤੇ ਰੱਬ ਦੀ ਮਿਹਰ ਨਹੀਂ ਹੈ ਤੇ ਪੈਸੇ ਨਾਲ ਬੁਰਾਈਆਂ ਵਾਲੇ ਪਾਸੇ ਨਹੀਂ ਜਾਂਦਾ ਇਹ ਪਾਵਰ ਨੂੰ ਸੰਭਾਲਣਾ ਤੇ ਹੈ ਹੀ ਬੜਾ ਔਖਾ ਹੈ ਰਤਬਾ ਆ ਜਾਏ ਪੈਸਾ ਆ ਜਾਏ ਬੰਦਾ ਗਲਤ ਕੰਮ ਕਰਨੀ ਛੱਡ ਸ਼ੁਰੂ ਕਰ ਦਿੰਦਾ ਇਸ ਕਰਕੇ ਦੁੱਖ ਹੋਰ ਵਧਣੇ ਸ਼ੁਰੂ ਹੋ ਜਾਂਦੇ ਨੇ ਜੋ ਅਸੀਂ ਚਾਹੁੰਦੇ ਆ ਜਿਵੇਂ ਅਸੀਂ ਚਾਹੁੰਦੇ ਆ ਜਦੋਂ ਅਸੀਂ ਚਾਹੁੰਦੇ ਆ ਜਿੰਨਾ ਅਸੀਂ ਚਾਹੁੰਦੇ ਆ ਨਾ ਮਿਲੇ ਤੇ ਅਸੀਂ ਰੱਬ ਨਾਲ ਨਾਰਾਜ਼ ਹੋ ਜਾਂਦੇ ਆ ਅਸੀਂ ਚਾਹੁੰਨੇ ਕਿ ਰੱਬ ਨੇ ਰੱਬ ਸਾਡੀਆਂ ਅਰਦਾਸਾਂ ਸੁਣਦਾ ਹੈ ਲੇਕਿਨ ਰੱਬ ਦੇ ਜੋ ਕਾਨੂੰਨ ਨੇ ਕੁਦਰਤ ਦੇ ਜੋ ਨਿਜਮ ਨੇ ਉਹ ਸਾਡੀ ਅਰਦਾਸ ਨਾਲ ਬਦਲਨੇ ਨਹੀਂ ਹੈ ਉਦਾਹਰਨ ਦੇ ਤੌਰ ਤੇ ਮੌਤ ਇੱਕ ਅਟਲ ਨਿਜਮ ਹੈ ਹੁਣ ਮੈਂ ਕਹਾਂ ਜੀ ਅਰਦਾਸ ਕਰੋ ਇਹ ਫਲਾਣਾ ਮਰੇ ਨਾ ਇਹ ਤੇ ਗੈਰਕਾਨੂੰਨੀ ਗੱਲ ਹੈ ਨਾ ਸਰੀਰਕ ਤੌਰ ਤੇ ਤੇ ਹਰ ਮਨੁੱਖ ਨੇ ਜਾਣਾ ਹੀ ਹੈ ਇਸ ਕਰਕੇ ਕੋਈ ਕਹੇ ਜੀ ਫਲਾਣੇ ਥਾਂ ਤੇ ਅਰਦਾਸ ਕੀਤੀ ਮੌਤ ਟਲ ਗਈ ਬਿਲਕੁਲ ਗਲਤ ਕਹਿਲਾ ਮੌਤ ਕਦੀ ਨਹੀਂ ਟਲ ਸਕਦੀ ਤੇ ਨਾ ਮੌਤ ਨੂੰ ਕੋ ਟਾਲ ਸਕਿਆ ਕੁਦਰਤ ਦਾ ਨਿਯਮ ਹੈ ਇਸ ਤਰੀਕੇ ਨਾਲ ਸਾਡੀ ਜ਼ਿੰਦਗੀ 'ਚ ਰੋਗ ਆਏ ਨੇ ਔਰ ਰੋਗਾਂ ਦਾ ਕਾਰਨ ਇਹ ਹੈ ਕਿ ਅਸੀਂ ਵੀ ਕਸੂਰਵਾਰ ਆ ਉਹਦੇ ਲਈ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਵਿਵੇਕ ਦੇਵੇ ਵਾਹਿਗੁਰੂ ਸਾਨੂੰ ਬਲ ਦੇਵੇ ਅਸੀਂ ਉਹਨਾਂ ਰੋਗਾਂ 'ਚੋਂ ਨਿਕਲਣ ਲਈ ਹਿੰਮਤ ਕਰੀਏ ਜਦੋਂ ਵੀ ਤੁਸੀਂ ਰੋਗਾਂ ਤੋਂ ਮੁਕਤ ਹੋਣਾ ਹੈ ਉਹ ਤੁਹਾਡੇ ਆਪਣੀ ਹਿੰਮਤ ਨੇ ਤੁਹਾਨੂੰ ਰੋਗ ਤੋਂ ਮੁਕਤ ਕਰਨਾ ਹੈ ਕਿਸੇ ਦਵਾਈ ਨੇ ਨਹੀਂ ਦਵਾਈ ਕੁਝ ਆਸਰਾ ਦੇ ਸਕਦੀ ਹੈ ਦਵਾਈ ਤੁਹਾਨੂੰ ਕੋਈ ਸਹਯੋਗ ਦੇ ਸਕਦੀ ਹੈ ਮਤਾਂ ਕੋ ਸੋਚੇ ਕਿ ਦਵਾਈਆਂ ਦੇ ਨਾਲ ਹੀ ਤੰਦਰੁਸਤੀ ਮਿਲਦੀ ਹੈ ਉਹਦੇ ਲਈ ਤੁਹਾਡੇ ਅੰਦਰੋਂ ਪਾਵਰ ਪੈਦਾ ਹੋਏਗੀ ਤੁਹਾਡੇ ਅੰਦਰੋਂ ਚੀ ਸੋਚ ਪੈਦਾ ਹੋਏਗੀ ਚੰਗੇ ਥੌਟ ਪੈਦਾ ਹੋਣਗੇ ਵਿਵੇਕ ਮਤ ਪੈਦਾ ਹੋਏਗੀ ਤੁਸੀਂ ਆਪਣੇ ਆਪ ਤੰਦਰੁਸਤ ਹੋਣਾ ਸ਼ੁਰੂ ਹੋ ਜਾਓਗੇ ਅਰਦਾਸ ਇਸ ਲਈ ਕਰਨੀ ਹੈ ਜ਼ਰੂਰੀ ਹੈ ਕਿ ਵਾਹਿਗੁਰੂ ਚਾਨੂੰ ਚੰਗੀ ਸੋਚ ਦੇਵੇ ਅਰਦਾਸ ਇਸ ਲਈ ਕਰਨੀ ਕਿ ਸਾਡੇ ਅੰਦਰ ਆਤਮ ਬਲ ਪੈਦਾ ਹੋਏ ਅਰਦਾਸ ਇਸ ਲਈ ਕਰਨੀ ਕਿ ਸਾਨੂੰ ਸਾਡੀ ਉਸ ਪ੍ਰਮਾਤਮਾ ਦੇ ਨਾਲ ਸਾਝ ਬਣੇ ਜਦੋਂ ਪ੍ਰਮਾਤਮਾ ਨਾਲ ਸਾਝ ਬਣ ਗਈ ਤੇ ਕਮੀ ਕਾਦੀ ਰਹਿ ਜਾਏਗੀ ਗੁਰਬਾਣੀ ਇਹ ਗੱਲ ਕਰਦੀ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕੋ ਕਾ ਕੀ ਕਮੀਆਂ ਉਹਨੂੰ ਕਾਦੀ ਕਮੀ ਰਹਿ ਜਾਏਗੀ ਪਹਿਲੀ ਗੱਲ ਕਿ ਜਿਹਦੀ ਪ੍ਰਮਾਤਮਾ ਨਾਲ ਸਾਝ ਬਣ ਜਾਏ ਉਹ ਤੇ ਪ੍ਰਮਾਤਮਾ ਦੇ ਹਰ ਰੰਗ ਵਿੱਚ ਹੀ ਰਹਾ ਜੀ ਰਹਿੰਦਾ ਹੈ ਉਹ ਤੇ ਪ੍ਰਮਾਤਮਾ ਦੀ ਹਰ ਗੱਲ ਵਿੱਚ ਹੀ ਖੁਸ਼ ਰਹਿੰਦਾ ਹੈ ਕਿ ਪ੍ਰਮਾਤਮਾ ਜੀ ਜੇ ਭੁਖਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਦੇ ਆਈ ਜੇ ਸੁਖ ਦੇ ਤਾਂ ਇਹਦੀ ਰਾਜਾ ਦੁੱਖ ਵਿੱਚ ਸੁਖ ਮਨਾਈ ਭੁਖਿਆ ਰੱਖੋਗੇ ਤੇ ਇਹਦੇ ਚ ਵੀ ਮੈਂ ਰੱਜਿਆ ਹੀ ਮਹਿਸੂਸ ਕਰਾਂਗਾ ਜਦੋਂ ਪ੍ਰਮਾਤਮਾ ਨਾਲ ਪਿਆਰ ਪੈ ਗਿਆ ਫਿਰ ਤੇ ਪ੍ਰਮਾਤਮਾ ਦੀ ਹਰ ਗੱਲ ਸਾਨੂੰ ਚੰਗੀ ਲੱਗੇਗੀ ਇਸ ਕਰਕੇ ਅਰਦਾਸ ਕਰਦੇ ਹਾਂ ਪਹਿਲੀ ਗੱਲ ਕਿ ਭਰੋਸਾ ਹੋਣਾ ਦੂਜੀ ਗੱਲ ਕਿ ਸਮਰਪਣ ਕਰ ਦੇਣਾ ਇਮਾਨਦਾਰੀ ਦੇ ਨਾਲ ਜੋ ਕੁਝ ਹੈ ਅਸੀਂ ਆਪਣੇ ਗੁਰੂ ਅੱਗੇ ਪ੍ਰਭੂ ਅੱਗੇ ਰੱਖ ਦੇਣਾ ਅਗਲੀ ਗੱਲ ਹੈ ਕਿ ਉਦੋਂ ਬਾਅਦ ਸਿੱਧਕ ਹੋਣਾ ਨਿਰਮਾਨਤਾ ਹੋਣੀ ਜਦੋਂ ਇਹ ਚੀਜ਼ਾਂ ਮਨੁੱਖ ਦੇ ਅੰਦਰ ਆ ਜਾਂ ਤੇ ਗੁਰਬਾਣੀ ਇਹ ਗੱਲ ਕਹਿੰਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਗੁਰੂ ਕੋਲ ਜੋ ਮੰਗਾਂਗੇ ਗੁਰੂ ਹਰ ਚੀਜ਼ ਦੇਣ ਲਈ ਤਿਆਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਗੁਰੂ ਇਹਨਾਂ ਸਮਰਥ 파ਸ਼ੰਕਰੋਤ ਅਗਰਨੀ ਮੈਂ ਨਿਰਾਸਨ ਆਸ ਪੂਰਣੇ 파ਸ਼ੰਗਦਾਰਥ ਕਿ ਜਿਹੜੇ ਪਛੜੇ ਹੋਏ ਨੇ ਕਿਸੇ ਵੀ ਪੱਖ ਤੋਂ ਉਹ ਗੁਰੂ ਕੋਲ ਆ ਕੇ ਅਗਾਹ ਬਦੂ ਬਣ ਜਾਂਦੀ ਨੇ 파ਸ਼ੰਕਰੋਤ ਅਗਰਨੀ ਮੈਂ ਨਿਰਾਸਨ ਆਸ ਪੂਰਣੇ ਜਿਹੜੇ ਨਿਰਾਸ਼ ਨੇ ਕਿ ਕਿਤੇ ਆਸ ਨਹੀਂ ਪੂਰੀ ਹੋਈ ਉਨਾਂ ਦੀ ਹਾਸ ਪੂਰੀ ਹੋ ਜਾਂਦੀ ਨਿਰਤਨ ਪਹਿਤਰਮੰਤੇ ਰੋਗੀਂ ਰੋਗ ਘਟ ਕੰਢਣੇ ਭਗਤੇ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੇ ਪਾਰਬ੍ਰਮ ਪੁਰਖ ਦਤਾਰੇ ਨਾਨਕ ਗੁਰ ਸੇਵਾ ਕੇ ਨ ਲਭੇਤੇ ਸਤਗੁਰ ਜੀ ਕਹਿੰਦੇ ਭਗਤਾਂ ਨੂੰ ਭਗਤੀ ਦੀ ਦਾਤ ਵੀ ਮਿਲਦੀ ਐ ਰੋਗੀਆਂ ਦੇ ਰੋਗ ਵੀ ਮਿਟਦੇ ਨੇ ਗਰੀਬ ਜਿਹੜੇ ਉਹ ਤਨਮਾਨ ਹੋ ਜਾਂਦੇ ਨੇ ਪਰ ਕਦੋਂ ਜਦੋਂ ਇਮਾਨਦਾਰੀ ਨਾਲ ਆਪਣੇ ਗੁਰੂ ਤੇ ਪ੍ਰਭੂ ਤੇ ਭਰੋਸਾ ਰੱਖ ਕੇ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ ਔਰ ਅਰਦਾਸ ਤੋਂ ਬਿਨਾ ਸੀ ਜ਼ਿੰਦਗੀ ਚ ਅੱਗੇ ਵਧ ਹੀ ਨਹੀਂ ਸਕਦੇ ਮਨੁੱਖ ਤਾਂ ਹਰ ਮਨੁੱਖ ਕਿਸੇ ਨਾ ਕਿਸੇ ਰੂਪ ਚ ਅਰਦਾਸ ਕਰਦਾ ਹੀ ਹੈ ਅਸੀਂ ਕਈ ਵੇਰਾਂ ਸੋਚਦੇ ਹਾਂ ਕਿ ਕੋਈ ਹੋਰ ਸਾਡੀ ਅਰਦਾਸ ਕਰੇਗਾ ਤੇ ਜਲਦੀ ਮੰਨੀ ਜਾਏਗੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਸੰਗਤ ਵਿੱਚ ਕੀਤੀ ہوئی ਅਰਦਾਸ ਇਕਾਗਰ ਚਿੱਤ ਕੀਤੀ ہوئی ਅਰਦਾਸ ਬਹੁਤ ਅਸਰ ਰੱਖਦੀ ਹੈ ਸੰਗਤ ਮਿਲ ਕੇ ਜਦੋਂ ਕਰਦੀ ਹੈ ਪਰ ਅਰਦਾਸ ਜਦੋਂ ਤੁਸੀਂ ਆਪ ਕਰਦੇ ਨਾ ਦਿਲੋਂ ਅਰਦਾਸ ਅਰਥੰ데 ਦਿਲੋਂ ਕੋ ਹੂਕ ਨਿਕਲਣਾ ਦਿਲੋਂ ਪੁਕਾਰ ਨਿਕਲਣੀ ਅਰਦਾਸ ਇਹ ਨਹੀਂ ਕਿ ਕਿੰਨਾ ਚਿਰ ਖਲੋ ਕੇ ਕੀਤੀ ਹੈ ਜਾਂ ਕਿਹੜੇ ਲਬਜਾਂ ਚ ਕੀਤੀ ਹੈ ਜਾਂ ਕਿਹੜੀ ਬੋਲੀ ਚ ਕੀਤੀ ਇਹਦੇ ਨਾਲ ਅਰਦਾਸ ਦੇ ਕੋ ਅਰਥ ਨਹੀਂ ਹੈ ਅਰਦਾਸ ਇਹ ਕਿ ਤੁਸੀਂ ਅੰਦਰੋਂ ਕਿੰਨੀ ਜੁੜ ਕੇ ਕੀਤੀ ਹੈ ਅਰਦਾਸ ਤਾਂ ਜਦੋਂ ਅਸੀਂ ਨਹੀਂ ਸੀ ਜਨਮੇ ਉਦੋਂ ਵੀ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਕਹਿੰਦੀ ਹੈ ਹਰ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਮੇਤਰਾ ਹੁਕਮ ਪਿਆ ਗਰਭਾਸ ਉਰਦ ਮੁਖ ਅੰਤਰ ਤਪ ਕਰੇ ਵਣ ਜਾ ਰਿਆ ਮੇਤਰਾ ਖਸਮ ਛੇਤੀ ਅਰਦਾਸ ਅਰਦਾਸ ਦਾ ਅਰਥ ਹੈ ਜੁੜਨਾ ਅਰਦਾਸ ਦਾ ਅਰਥ ਹੈ ਜੁੜਨਾ ਹੁਣ ਜਿਹੜੀਆਂ ਅਰਦਾਸਾਂ ਸੀ ਕਰਦੇ ਜਾਂ ਕਰਾਉਂਦੇ ਆ ਕੋਈ ਭਾਗਾਂ ਵਾਲੇ ਪ੍ਰਾਣੀ ਨਹੀਂ ਜਿਹੜੇ ਉਦੋਂ ਜੁੜਦੇ ਨੇ ਨਹੀਂ ਤੇ ਕੀ ਹੁੰਦਾ ਓਦੋਂ ਸੀ ਆਪਣੇ ਰਿਸ਼ਤੇਦਾਰ ਨਹੀਂ ਆਉਂ ਭਗਤ ਦੀ ਭਜੇਰੀ ਨੇ ਆ ਕੋਈ ਗਰੰਥੀ ਸਿੰਘ ਦੇ ਹੱਥ 'ਚ ਪੈਸੇ ਫੜਾਈ ਜਾਏਗਾ ਕੋਈ ਇੱਧਰ ਨੂੰ ਭੱਜਾ ਫਰੇਗਾ ਉਹ ਅਰਦਾਸ ਨਹੀਂ ਉਹ ਤੇ ਇੱਕ ਦਿਖਾਵਾ ਜਿਹਾ ਬਣ ਕੇ ਰਹਿ ਜਾਂਦੀ ਹੈ ਅਰਦਾਸ ਦਾ ਅਰਥ ਹੈ ਜੁੜਨਾ ਅਰਦਾਸ ਦਾ ਅਰਥ ਹੈ ਆਪਣੇ ਦਿਲ ਦੀ ਪੀੜਾ ਜਿਹੜੀ ਹੈ ਉਹ ਆਪਣੇ ਪ੍ਰਮਾਤਮਾ ਦੇ ਕੇ ਰੱਖ ਦੇਣੀ ਇਸ ਕਰਕੇ ਸਤਗੁਰੂ ਜੀ ਕਹਿੰਦੇ ਜਦੋਂ ਆਪਾਂ ਅਰਦਾਸ ਕਰਾਂਗੇ ਪਹਿਲੀ ਗੱਲ ਕਿ ਅਰਦਾਸ ਕਰਨੀ ਕਿਦੇ ਅੱਗੇ ਆ ਅਰਦਾਸ ਉਹਦੇ ਅੱਗੇ ਕਰੀਏ ਜਿਹੜਾ ਸੁਣਦਾ ਹੈ ਜਿਹੜਾ ਸਮਰੱਥ ਹੈ ਅਰਦਾਸ ਪਰਮਾਤਮਾ ਅੱਗੇ ਕਰੀਏ ਹੋਰ ਕਿਸੇ ਅੱਗੇ ਕਰਨ ਦੀ ਲੋੜ ਨਹੀਂ ਹੈ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਬਣੇ ਜਾਵਾਂਗੇ ਨਾ ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਦੇ ਮਨ ਹ ਸਜਣ ਦਾਮਣ ਲੱਗਿਆ ਕਿਸੇ ਨਾ ਦੇ ਹੀ ਬਣ ਜੇ ਜੁੜਨ ਨਹੀਂ ਹੈ ਅਰਦਾਸ ਕਰਨੀ ਤੇ ਇੱਕ ਪਰਮਾਤਮਾ ਅੱਗੇ ਕਰੀਏ ਕਿਤੇ ਸਾਨੂੰ ਕਬਰਾਂ ਤੇ ਜਾ ਕੇ ਕਿਤੇ ਜਠੇਹਰਿਆਂ ਤੇ ਮੂਰਤਾਂ ਕੋਲ ਖਲੋ ਕੇ ਕਰਨ ਦੀ ਲੋੜ ਹੀ ਨਹੀਂ ਹੈ ਅਰਦਾਸ ਸਿਰ ਪਰਮਾਤਮਾ ਅੱਗੇ ਕਰੀਏ ਉਹ ਪ੍ਰਮਾਤਮਾ ਦੇ ਅੱਗੇ ਸਾਰੀ ਦੁਨੀਆ ਚੁੱਕਦੀ ਐ ਪ੍ਰਮਾਤਮਾ ਨੇ ਸਾਰੀ ਦੁਨੀਆ ਨੂੰ ਬਣਾਇਆ ਹੋਇਆ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਤਨਾਸਰੀ ਰਾਗ ਜਿ ਇੱਕ ਬੜਾ ਪਿਆਰਾ ਬਚਨ ਹੈ ਮੰਗੋ ਧਾਨ ਠਾਕਰ ਨਾਮ ਅਵਰ ਕਸ਼ ਮੇਰੇ ਸੰਗ ਨਾ ਚਾਲੇ ਸਤਗੁਰੂ ਜੀ ਕਹਿੰਦੇ ਮੈਂ ਵਾਹਿਗੁਰੂ ਜੀ ਪਾਸ ਜਦੋਂ ਅਰਦਾਸ ਕਰਦਾ ਕੇਵਲ ਉਹਦਾ ਨਾਮ ਮੰਗਦਾ ਹਾਂ ਹੋਰ ਕੁਝ ਵੀ ਮੇਰੇ ਨਾਲ ਜਾਣ ਵਾਲਾ ਨਹੀਂ ਹੈ ਸਗਲ ਨਿਰਾਰਥ ਕਾਮ ਹੋਰ ਜੋ ਕੁਝ ਵੀ ਹੈ ਇਹ ਸਭ ਕੁਝ ਆਕਾਰਥੀ ਹੈ ਤਾਏ ਤਾਏ ਬਉਬਿਧ ਕੋ ਤਾਵੈ ਸਗਲ ਨਿਰਾਰਥ ਕਾਮ ਬੰਦਾ ਬੜੀ ਦਹੁਰ ਪਜ ਕਰਦਾ ਹੈ ਦੁਨਿਆਵੀ ਕਮਾਂ ਦੇ ਲਈ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਮਨ ਜਿਹੜਾ ਨਾ ਬੜਾ ਪ੍ਰਸੰਨ ਰਹੇ ਮਨ ਜਿਹੜਾ ਉਹ ਬੜਾ ਸ਼ਾਂਤ ਰਹੇ ਮਨ ਸ਼ਾਂਤ ਹੁਣ ਦਿਲੇ ਅਸੀਂ ਸੋਚਦੇ ਕਿ ਧਨ ਬਹੁਤ ਆਏਗਾ ਤੇ ਸਾਡਾ ਮਨ ਬੜਾ ਸ਼ਾਂਤ ਹੋ ਜਾਏਗਾ ਬੜੇ ਸੁਖੀ ਹੋ ਜਾਵਾਂਗੇ ਅਸੀਂ ਫਿਰ ਧਨ ਲਈ ਅਰਦਾਸਾਂ ਕਰਦੇ ਹਾਂ ਇਹਦੇ ਲਈ ਅਸੀਂ ਬੜਾ ਯਤਨ ਕਰਦੇ ਹਾਂ ਅਸੀਂ ਕਈ ਵਾਰ ਸੋਚਦੇ ਹਾਂ ਕਿ ਬਹੁਤ ਵੱਡਾ ਸਾਡੇ ਕੋਲ ਰਤਬਾ ਹੋਏਗਾ ਨਾ ਪਦਵੀ ਹੋਏਗੀ ਤੇ ਅਸੀਂ ਬੜੇ ਸੁਖੀ ਹੋ ਜਾਵਾਂਗੇ ਮਨ ਬੜਾ ਸ਼ਾਂਤ ਹੋ ਜਾਏਗਾ ਅਸੀਂ ਫਿਰ ਉਹਦੇ ਲਈ ਬੜਾ ਯਤਨ ਕਰਦੇ ਹਾਂ ਅਸੀਂ ਇਹ ਸੋਚਦੇ ਕਿ ਸਾਡੇ ਧੀਆਂ ਪੁੱਤਰ ਹੋਣਗੇ ਬੱਚੇ ਹੋਣਗੇ ਤੇ ਅਸੀਂ ਬੜੇ ਸੁਖੀ ਹੋ ਜਾਵਾਂਗੇ ਨਾ ਉਹਦੇ ਲਈ ਫਿਰ ਅਸੀਂ ਅਰਦਾਸਾਂ ਕਰਦੇ ਹਾਂ ਤੇ ਮਨੁੱਖ ਨੇ ਫਿਰ ਰੱਬ ਵੀ ਆਪਣੀ ਮਰਜ਼ੀ ਮਰਜ਼ੀ ਦੇ ਬਣਾਏ ਨੇ ਜਦੋਂ ਤੋਂ ਮਨੁੱਖ ਨੇ ਥੋੜੀ ਹੋ ਉਸ ਸੰਭਾਲੀ ਇਹਨੇ ਦੇਖਿਆ ਕਿ ਜਦੋਂ ਮੀਂਹ ਪਿੰਦੇ ਹੜ ਹੁੰਦੇ ਨੇ ਤੇ ਉਹ ਸਾਡੇ ਘਰਾਂ ਨੂੰ ਰੋੜ ਕੇ ਲੈ ਜਾਂਦੇ ਬੰਦੇ ਨੇ ਸੋਚਿਆ ਕਿ ਇਹ ਇਹ ਪਾਣੀ ਜਿਹੜਾ ਨਾ ਇਹ ਵੀ ਰੱਬ ਹੀ ਹੈ ਪਾਣੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਬੰਦੇ ਨੇ ਉਹਨੇ ਪਾਣੀ ਨੂੰ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ ਅੱਗ ਲੱਗ ਜਾਂਦੀ ਹੈ ਘਰ ਸੜ ਜਾਂਦੇ ਨੇ ਤੇ ਬੰਦੇ ਨੇ ਸੋਚਿਆ ਕਿ ਅੱਗ ਵੀ ਰੱਬ ਹੀ ਹੈ ਅੱਗ ਨੂੰ ਦੇਵਤਾ ਮੰਨ ਕੇ ਉਹਨਾਂ ਨੇ ਪੂਜਣਾ ਸ਼ੁਰੂ ਕਰ ਦਿੱਤਾ ਜਿੰਨਾ ਚਿਰ ਨਾ ਗਿਆਨ ਸੀ ਮਨੁੱਖ ਦੇ ਕੋਲ ਕਿਸੇ ਨੇ ਦੇਖਿਆ ਕਿ ਸਮੁੰਦਰਾਂ ਦੇ ਕੰਢੇ ਤੇ ਬੜੇ ਡਰਾਉਣੇ ਦ੍ਰਿਸ਼ ਨੇ ਕਦੀ ਜਾਓ ਤੁਸੀਂ ਸਮੁੰਦਰ ਕਿਨੇ ਕਿਨੇ ਵਿਸ਼ਾਲ ਨੇ ਤੇ ਲੋਕਾਂ ਨੇ ਸੋਚਿਆ ਵੀ ਇਹ ਵੀ ਰੱਬ ਹੀ ਨੇ ਲੋਕਾਂ ਨੇ ਸਮੁੰਦਰਾਂ ਦੀ ਪੂਜਾ ਦਰਿਆਵਾਂ ਦੀ ਪੂਜਾ ਕਰਨੀ ਸ਼ੁਰੂ ਕਰਤੀ ਕਿਸੇ ਨੇ ਸੂਰਜ ਦੀ ਪੂਜਾ ਸ਼ੁਰੂ ਕਰਨੀ ਸ਼ੁਰੂ ਕਰਤੀ ਸੱਪ ਲੜ ਕੇ ਬੰਦਾ ਮਰ ਜਾਂਦਾ ਹੈ ਇਲਾਜ ਨਾ ਹੋਣ ਕਰਕੇ ਲੋਕਾਂ ਨੇ ਸੱਪਾਂ ਦੀ ਪੂਜਾ ਕਰਨੀ ਸ਼ੁਰੂ ਕਰਤੀ ਇਸ ਰੱਬ ਹੀ ਖਰੇ ਰੱਬ ਨੇ ਔਰ ਹੋਰ ਕੁਝ ਨਹੀਂ ਹੈ ਮਨੁੱਖ ਨੂੰ ਕਿਰੇ ਡਰ ਲੱਗਣ ਲੱਗ ਪਿਆ ਉਹਨੇ ਸੋਚਿਆ ਕਿ ਭੂਤ ਪ੍ਰੇਤ ਨੇ ਡਰਾਉਂਦੇ ਨੇ ਭੂਤਾਂ ਪ੍ਰੇਤਾਂ ਨੂੰ ਕਲਪਨਾ ਸ਼ੁਰੂ ਕਰਤਾ ਇਹ ਕੁਝ ਮਨੁੱਖ ਦੀ ਆਪਣੀ ਅਗਿਆਨਤਾ ਚੋਂ ਨਿਕਲੀਆਂ ਚੀਜ਼ਾਂ ਨੇ ਇਹ ਕੋਈ ਰੱਬ ਨਹੀਂ ਹੈ ਇਹ ਮਨੁੱਖ ਦੀ ਆਪਣੀ ਅਗਿਆਨਤਾ ਚੋਂ ਨਿਕਲੇ ਭੂਤ ਪ੍ਰੇਤ ਨਹੀਂ ਕੋਈ ਭੂਤ ਪ੍ਰੇਤ ਨਹੀਂ ਹੈ ਮਨੁੱਖ ਦੀ ਅਗਿਆਨਤਾ ਚੋਂ ਇਹ ਗੱਲਾਂ ਨਿਕਲਦੀਆਂ ਨੇ ਜਿਉਂ-ਜਿਉਂ ਮਨੁੱਖ ਨੇ ਵਿਕਾਸ ਕੀਤਾ ਜਿਉਂ-ਜਿਉਂ ਮਨੁੱਖ ਦੀ ਨੂੰ ਗਿਆਨ ਹੋਇਆ ਕਦੀ ਬੰਦਾ ਸੋਚਦਾ ਸੀ ਮਛ ਹੈ ਕੋਈ ਕਛ ਹੈ ਅਦਨ ਦੇ ਅਵਤਾਰਾਂ ਦੀਆਂ ਕਥਾਵਾਂ ਤੁਸੀਂ ਸੁਣਦੇ ਹੋ ਸਮੇਂ ਦੇ ਨਾਲ ਮਨੁੱਖ ਦਾ ਵਿਕਾਸ ਹੋਇਆ ਮਤ ਦਾ ਵਿਕਾਸ ਹੋਇਆ ਇਹਦੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਬੜੀ ਰਹਿਮਤ ਕੀਤੀ ਇਹ ਗੱਲ ਵੱਖਰੀ ਹੈ ਕਿ ਸਾਨੂੰ ਗੁਰੂ ਸਾਹਿਬਾਂ ਨੇ ਜੋ ਦਾਤ ਦਿੱਤੀ ਹੈ ਨਾ ਉਹਦਾ ਗਿਆਨ ਵੀ ਨਹੀਂ ਹੈ ਤੇ ਉਹਦੀ ਸਾਨੂੰ ਕਦਰ ਵੀ ਨਹੀਂ ਹੈ ਅਸੀਂ ਫਿਰ ਵੀ ਮੂਰਤ ਬਣਾ ਕੇ ਸੋਚਦੇ ਕਿ ਮੂਰਤ ਅੱਗੇ ਅਰਦਾਸ ਕਰਦਾਂਗੇ ਗੱਲ ਬਣ ਜਾਏਗੀ ਅਸੀਂ ਫਿਰ ਵੀ ਗੁਰੂ ਸਾਹਿਬਾਂ ਦੇ ਨਾਂ ਤੇ ਖਬਰਾਂ ਬਣਾਉਣੀਆਂ ਸ਼ੁਰੂ ਕਰਤੀਆਂ ਅਸੀਂ ਸੋਚ ਲਿਆ ਇੱਥੇ ਅਰਦਾਸ ਕਰਾਂਗੇ ਜ਼ਿਆਦਾ ਮੰਨੀ ਜਾਏਗੀ ਉੱਥੇ ਮੰਨੀ ਨਹੀਂ ਜਾਂਦੀ ਉੱਥੇ ਜਾਵਾਂਗੇ ਜ਼ਿਆਦਾ ਸੁਣੀ ਜਾਏਗੀ ਇਹ ਸਿਰਫ ਅਗਿਆਨਤਾ ਹੈ ਇਹ ਕੋਈ ਗੁਰਮਤ ਦੇ ਗਿਆਨ ਵਾਲੀ ਗੱਲ ਨਹੀਂ ਹੈ ਅਰਦਾਸ ਤੁਸੀਂ ਕਿਤੇ ਵੀ ਬੈਠ ਕੇ ਕਰ ਲਓ ਅਰਦਾਸ ਤੇ ਅਰਦਾਸ ਹੀ ਹੈ ਉਹ ਇਹ ਨਹੀਂ ਕਿ ਖਾਸ ਥਾਂ ਤੇ ਬਹੁਤੀ ਸੁਣੀ ਜਾਣੀ ਤੇ ਖਾਸ ਥਾਂ ਤੇ ਨਹੀਂ ਸੁਣੀ ਜਾਣੀ ਇਹੀ ਤੇ ਭਰਮ ਘਟਿਆ ਸੀ ਗੁਰਬਾਣੀ ਨੇ ਦੇਖੋ ਨਾ ਬਾਬਾ ਕਬੀਰ ਸਾਹਿਬ ਜੀ ਦੇ ਕਿੰਨੇ ਇਨਕਲਾਬੀ ਬਚਨ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਾਬਾ ਕਬੀਰ ਸਾਹਿਬ ਜੀ ਬਨਾਰਸ ਜਨਮੇ ਨੇ ਬਨਾਰਸ ਦੀ ਧਰਤੀ ਦੇ ਪਰਥਾਏ ਇਹ ਧਾਰਨਾ ਹੈ ਕਿ ਜਿਹੜਾ ਉੱਥੇ ਮਰੇਗਾ ਸਿੱਧੇ ਕਹਿੰਦੇ ਜੀ ਸਵਰਗਾਂ ਨੂੰ ਜਾਏਗਾ ਲਾਗੇ ਇੱਕ ਨਗਰ ਹੈ ਜਿਹਨੂੰ ਮਗਰ ਕਹਿੰਦੇ ਨੇ ਜਿਹੜਾ ਕਹਿੰਦੇ ਗੋਰਖਪੁਰ ਦੇ ਨੇੜੇ ਜਿਹੜਾ ਉੱਥੇ ਮਰੇਗਾ ਜੀ ਖੋਤੇ ਜੂਨ ਪਏਗਾ ਬਾਬਾ ਫਰੀਦ ਸਾਹਿਬ ਜੀ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਬੰਦਾ ਰਹੇ ਭਾਵੇਂ ਬਨਾਰਸ ਵਿੱਚ ਹੀ ਪਰ ਅੰਦਰੋਂ ਉਹ ਕਠੋਰ ਹੈ ਤੇ ਉਹ ਤੇ ਨਰਕਾਂ ਤੋਂ ਨਹੀਂ ਬਚ ਸਕਦਾ ਅੰਦਰੋਂ ਉਹ ਅਗਿਆਨੀ ਹੈ ਅੰਦਰੋਂ ਕਠੋਰ ਹੈ ਅੰਦਰੋਂ ਉਹ ਪਾਪ ਕਰਨ ਵਾਲਾ ਹੈ ਔਗਣ ਕਰਨ ਵਾਲਾ ਹੈ ਤੇ ਉਹ ਕਿਵੇਂ ਨਰਕਾਂ ਤੋਂ ਬਚ ਜਾਏਗਾ ਪਰ ਹਰ ਕਾ ਸੰਤ ਮਰੇ ਹੜੰਬੈ ਸਗਲੀ ਸੈਨ ਤਰਾਈ ਰੱਬ ਦਾ ਪਿਆਰਾ ਭਾਵੇਂ ਹੜੰਬਾ ਮਗਰ ਦੀ ਧਰਤੀ ਤੇ ਮਰੇ ਉਹ ਤਾਂ ਵੀ ਲੋਕਾਂ ਨੂੰ ਤਾਰਨ ਦਾ ਸਾਧਨ ਬਣ ਜਾਂਦਾ ਹੈ ਇਸ ਕਰਕੇ ਜਿਹੜਾ ਅੰਦਰੋਂ ਪਵਿੱਤਰ ਹੈ ਉਹ ਕਿਤੇ ਵੀ ਬੈਠ ਜਾਓ ਦੀ ਸੁਣੀ ਜਾਏਗੀ ਜਿਵੇਂ ਅੰਦਰੋਂ ਇਕਾਗਰ ਨਹੀਂ ਹੈ ਅੰਦਰੋਂ ਇਮਾਨਦਾਰ ਨਹੀਂ ਹੈ ਹੁਣ ਮੈਂ ਕਰਦਾ ਹੈ ਹੀਰਾ ਫੇਰੀਆਂ ਮੇਰੀ ਜ਼ਿੰਦਗੀ ਚ ਦੁੱਖ ਨੇ ਤੇ ਮੈਂ ਕਹਾਂ ਫਲਾਣੇ ਥਾਂ ਜਾ ਕੇ ਅਰਦਾਸ ਕਰੋ ਬੰਦਾ ਕਦੀ ਆਪਣੇ ਔਗਣ ਪ੍ਰਮਾਨ ਕਰਨ ਲਈ ਤਿਆਰ ਨਹੀਂ ਹੈ ਉਹ ਖਾਸ ਕਰਕੇ ਧਰਮਸਥਾਨ ਤੇ ਆ ਕੇ ਤੇ ਆਪਣੇ ਔਗਣਾ ਨੂੰ ਵੀ ਗੁਣ ਸਮਝਣੇ ਸ਼ੁਰੂ ਕਰ ਦਿੰਦਾ ਤੇ ਅੱਗੇ ਧਰਮਸਥਾਨ ਤੇ ਮੇਰੇ ਵਰਗੇ ਬੈਠੇ ਤੇ ਹੋਰ ਕਹਣਗੇ ਬੜਾ ਤਗੜਾ ਦਾਨੀ ਆ ਇਹ ਤੇ ਬੜਾ ਤਗੜਾ ਸੇਵਾਦਾਰ ਆ ਬੜਾ ਧਰਮੀ ਆ ਜੀ ਬੜਾ ਵੱਡਾ ਇਹਨੇ ਕੰਮ ਕੀਤਾ ਪਾਠ ਕਰਾ ਦਿੱਤਾ ਉਹਨੂੰ ਹੋਰ ਧਰਮੀ ਬਣਾ ਦੇਣਗੇ ਉਹ ਆਪਣੇ ਔਗਣਾ ਵੱਲ ਕਦੀ ਝਾਤ ਨਹੀਂ ਮਾਰੇਗਾ ਜਿੰਨਾ ਚਿਰ ਮਨੁੱਖ ਆਪਣੇ ਅੰਦਰ ਝਾਤ ਨਹੀਂ ਮਾਰਦਾ ਕਿ ਮੇਰੀ ਡਿਊਟੀ ਕੀ ਮੇਰਾ ਫਰਜ਼ ਕੀ ਆ ਉਹਨਾਂ ਚਿਰ ਸਾਡੀ ਕੀਤੀ ਹੋਰ ਦਾਸ ਕਦੀ ਸਫਲ ਨਹੀਂ ਹੋਏਗੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੋਰ ਜੋ ਕੁਝ ਵੀ ਮੰਗਦੇ ਆ ਨਾ ਦੀ ਸਗਲ ਬਾਤ ਹੈ ਖਾਮ ਇਹ ਸਭ ਕੁਝ ਆਕਾਰਤ ਹੈ ਕੇਵਲ ਤਾਂ ਕੇਵਲ ਅਵਰ ਗੋਬਿੰਦ ਬਿਨ ਗੋਬਿੰਦ ਅਵਰ ਦੇ ਚਾਹੂੰ ਦੀ ਸਗਲ ਬਾਤ ਹੈ ਖਾਮ ਕੋ ਨਾਨਕ ਸੰਤ ਰੇਣ ਮੰਗੋ ਮੇਰੂ ਮਨ ਪਾਵੇ ਬਿਸਰਾਮ ਸਤਗੁਰੂ ਜੀ ਕਹਿੰਦੇ ਮੈਂ ਤੇ ਗੁਰੂ ਘਰ ਆ ਕੇ ਕੇਵਲ ਸਤਪੁਰਖਾਂ ਦੀ ਚਰਨ ਧੂੜੀ ਮੰਗਦਾ ਸਤ ਸੰਗਤ ਦੀ ਚਰਨ ਧੂੜ ਮੰਗਦਾ ਸਤਪੁਰਖਾਂ ਦੀ ਚਰਨ ਧੂੜ ਦਾ ਅਰਥ ਇਹ ਹੈ ਕਿ ਜੋ ਸਾਨੂੰ ਸਾਧੂ ਪੁਰਖਾਂ ਨੇ ਬਚਨ ਕਹੇ ਨੇ ਜੋ ਸੰਗਤ ਵਿੱਚੋਂ ਉਪਦੇਸ਼ ਮਿਲਦਾ ਹੈ ਚਰਨ ਦਾ ਅਰਥ ਪੈਰ ਨਹੀਂ ਹੈ ਇੱਥੇ ਚਰਨ ਦਾ ਅਰਥ ਆਚਾਰ ਹੈ ਚਰਨ ਦਾ ਅਰਥ ਕਰੀਕਟਰ ਹੈ ਕਿਰਦਾਰ ਹੈ ਆਮ ਅਕਸਰ ਇੱਕ ਗੱਲ ਸੀ ਕਹਿੰਦੇ ਆ ਕਿ ਅਸੀਂ ਤੇ ਤੇਰੇ ਪੈਰਾਂ ਦੇ ਮਗਰ ਮਗਰ ਤੁਰੇ ਆਵਾਂਗੇ ਤੇਰੀ ਪੈੜ ਦੇ ਮਗਰ ਤੁਰੇ ਆਵਾਂਗੇ ਪਰ ਜਿੱਦਾਂ ਉਹ ਤੁਰਿਆ ਉਹਦੇ ਮਗਰ ਤੁਰਨਾ ਜਿੱਦਾਂ ਮਹਾਂਪੁਰਖਾਂ ਨੇ ਜੀਵਨ ਬਤੀਤ ਕੀਤਾ ਹੈ ਰ ਵੀ ਪਿਆਰੀਆਂ ਨੇ ਜੀਵਨ ਬਤੀਤ ਕੀਤਾ ਹੈ ਉਦਾਂ ਦਾ ਜੀਵਨ ਜਿਉਣਾ ਇਹ ਹੈ ਉਹਨਾਂ ਦੇ ਚਰਨਾਂ ਨਾਲ ਜੁੜਨਾ ਕੇਵਲ ਮੱਥਾ ਪੈਰਾਂ ਤੇ ਰੱਖਣਾ ਚਰਨਾਂ ਨਾਲ ਜੁੜਨਾ ਨਹੀਂ ਹੈ ਇਹ ਪਰਮੇ ਇਸੇ ਪਰਮ ਵਿੱਚ ਇੱਕ ਪਰਮ ਨਿਕਲਿਆ ਕਿ ਘਰ ਚੋ ਤਸਵੀਰ ਲਾ ਲਓ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਨਜ਼ਰ ਆਉਂਦੇ ਉਹਦਾ ਧਿਆਨ ਤਰਿਆ ਕਰੋ ਅ ਗੁਰੂ ਨਾਨਕ ਦੀਆਂ ਤਸਵੀਰਾਂ ਨਹੀਂ ਕਰਾਂ ਚਲਾਈਆਂ ਹੋਈਆਂ ਤੇ ਬਾਕੀ ਗੁਰੂ ਸਾਹਿਬ ਗੁਰੂ ਨਹੀਂ ਹੈ ਸਾਡੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨੇ ਤਸਵੀਰ ਤਾਂ ਸਾਡੀ ਗੁਰੂ ਹੈ ਹੀ ਨਹੀਂ ਹੈ ਸਾਨੂੰ ਤੇ ਸਾਡੇ ਸਤਿਗੁਰ ਜੀ ਨੇ ਕਿ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਬਦ ਗੁਰੂ ਹੈ ਬਾਣੀ ਗੁਰੂ ਹੈ ਗੁਰਮਤ ਦੇ ਅੰਦਰ ਸਰੀਰ ਨੂੰ ਤੇ ਗੁਰਮੰਨੀਆਂ ਨਹੀਂ ਗਿਆ ਇਸਾ ਦੇ ਕਰੇ ਤੁਹਾਡਾ ਤੜ ਤਸਵੀਰਾਂ ਲੱਗੀਆਂ ਗੁਰੂ ਨਾਨਕ ਸਾਹਿਬ ਦੀਆਂ ਬੜੀ ਸ਼ਾਦਾ ਨਾਲ ਪੁੱਛਦੇ ਅਸੀਂ ਤੇ ਆਪਾਂ ਕਹਿੰਦੇ ਫੁਲਾਣੇ ਬਾਬੇ ਨੂੰ ਦਰਸ਼ਨ ਹੋਏ ਸੀ ਤੇ ਆਪਾਂ ਇਦਾਂ ਦੀ ਸਰੂਪ ਦੀ ਹੁਣ ਗੁਰੂ ਨਾਨਕ ਸਾਹਿਬ ਦਾ ਸਰੂਪ ਤਾਂ ਹੈ ਹੀ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਸਰੂਪ ਦੇਖਣਾ ਤੇ ਗੁਰਬਾਣੀ ਪੜੋ ਤੁਸੀਂ ਗੁਰਬਾਣੀ ਚੋਂ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਨਜ਼ਰ ਆਇਆ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ ਗੁਰੂ ਕੇ ਸ਼ਬਦ ਵਿੱਚੋਂ ਗੁਰੂ ਕੇ ਤੁਹਾਨੂੰ ਦੀਦਾਰ ਹੋਣਗੇ ਇਸ ਕਰਕੇ ਗੁਰੂ ਕੇ ਚਰਣਾ ਨਾਲ ਵਾਹਿਗੁਰੂ ਜੀ ਦੇ ਚਰਣਾ ਦੇ ਨਾਲ ਸੰਤਾਂ ਦੇ ਚਰਣਾ ਨਾਲ ਜੁੜਨ ਦਾ ਅਰਥ ਇਹ ਹੈ ਕਿ ਉਹਨਾਂ ਦੇ ਉਪਦੇਸ਼ ਨਾਲ ਜੁੜਨਾ ਉਹਨਾਂ ਦੇ ਬਚਨਾਂ ਨਾਲ ਜੁੜਨਾ ਜੋ ਉਹਨਾਂ ਦਾ ਕਿਰਦਾਰ ਹੈ ਜੋ ਉਹਨਾਂ ਦੀ ਜੀਵਨ ਜਾਚ ਹੈ ਉਸ ਨੂੰ ਅਪਣਾਉਣਾ ਤੇ ਸਤਗੁਰੂ ਜੀ ਕਹਿੰਦੇ ਜੇ ਮਨ ਨੂੰ ਟਿਕਾਉਣਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜੋ ਕੁਝ ਵੀ ਆਪਾਂ ਮੰਗਦੇ ਆ ਉਹ ਨਾਲ ਜਾਣ ਵਾਲਾ ਨਹੀਂ ਹੈ ਉਹ ਘਾਟੇ ਵਾਲਾ ਸੌਦਾ ਹੈ ਉਹ ਸਾਡੀਆਂ ਲੋੜਾਂ ਜਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਔਰ ਜੋ ਕੁਝ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਵਾਹਿਗੁਰੂ ਜੀ ਦੇ ਪਿਆਰ ਚ ਜੁੜਨ ਦਾ ਇੱਕ ਸਾਧਨ ਜਰੂਰ ਹੋਣਾ ਚਾਹੀਦਾ ਹੈ ਇਹ ਆਕਾਰਤ ਨਹੀਂ ਇਹ ਚੀਜ਼ਾਂ ਘਰ ਚਾਹੀਦੇ ਲੋੜ ਹੈ ਸਾਡੀ ਸਾਨੂੰ ਕਾਰੋਬਾਰ ਚਾਹੀਦਾ ਲੋੜ ਹੈ ਸਾਡੀ ਸਾਨੂੰ ਧੀਆਂ ਪੁੱਤਰ ਵੀ ਚਾਹੀਦੇ ਨੇ ਪ੍ਰਮਾਤਮਾ ਦਿੰਦਾ ਹੈ ਲੋੜਾਂ ਨੇ ਸਾਡੀਆਂ ਪਰ ਇਹ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਨਹੀਂ ਹੈ ਇਹ ਸਾਡੀ ਜ਼ਿੰਦਗੀ ਦਾ ਮਕਸਦ ਨਹੀਂ ਹੈ ਜਾਇਵੇਂ ਕਹਿ ਲੋ ਕਿ ਇਹਨਾਂ ਨੂੰ ਮੰਗ ਕੇ ਸਾਡਾ ਮਨ ਕੋਈ ਟਿਕ ਨਹੀਂ ਜਾਏਗਾ ਬਹੁਤ ਲੋਕ ਨੇ ਕਾਰੋਬਾਰਾਂ ਵਾਲੇ ਕੀ ਉਹ ਆਨੰਦ ਚ ਨੇ ਜੇ ਆਪਾਂ ਪੁੱਛ ਲਈ ਆਨੰਦ ਚ ਨੇ ਉਹ ਬਹੁਤ ਲੋਕ ਨੇ ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠੇ ਹੋਏ ਮੁਬਾਰਕ ਨੇ ਪਦਵੀਆਂ ਮਨੁੱਖ ਲਈ ਨੇ ਹੋਣੀਆਂ ਚਾਹੀਦੀ ਨੇ ਕੀ ਪਦਵੀਆਂ ਤੇ ਬੈਠੇ ਸਾਰੇ ਖੁਸ਼ ਨੇ ਜਾਂ ਉਹ ਕਹਿੰਦੇ ਕਿ ਅਸੀਂ ਰਜ ਗਏ ਆ ਉਹ ਤੇ ਕਹਿੰਦੇ ਹੋਰ ਲੁੱਟ ਲਓ ਜਿੰਨਾ ਦੁਨੀਆ ਨੂੰ ਲੁੱਟਿਆ ਚੱਲਿਆ ਜਾਂਦਾ ਉਹਨਾਂ ਦੀ ਤੇ ਭੁੱਖ ਸਗੋਂ ਆਮ ਗਰੀਬ ਨਾਲੋਂ ਵੀ ਜ਼ਿਆਦਾ ਵੱਧ ਗਈ ਹੈ ਇਹ ਕਾਮਬੰਦੇ ਦੀ ਤੇ ਭੁੱਖ ਦੋ ਰੋਟੀਆਂ ਹੀ ਆ ਪਰ ਉਹ ਸਾਰੀ ਦੁਨੀਆ ਨੂੰ ਖਾ ਕੇ ਰਜਦੇ ਨਹੀਂ ਜਿਹੜੇ ਵੱਡੀਆਂ ਪਦਵੀਆਂ ਤੇ ਬੈਠੇ ਨੇ ਪਹਾੜ ਖਾ ਗਏ ਦਰਿਆ ਖਾ ਗਏ ਸਭ ਕੁਝ ਹੀ ਖਾ ਗਏ ਨੇ ਉਹ ਫਿਰ ਵੀ ਨਹੀਂ ਰਜਦੇ ਉਨਨਾਂ ਦੇ ਮਨ ਹੋਰ ਭੁੱਖਾ ਹੋਈ ਚੱਲਿਆ ਜਾਂਦਾ ਹੈ ਮਨ ਨਹੀਂ ਟਿਕਦਾ ਜੇ ਆਪਾਂ ਕੀ ਇਹ ਕਿ 3 ਪੁੱਤਰ ਹੋਣੇ ਚਾਹੀਦੇ ਰੱਬ ਸਾਰਿਆਂ ਨੂੰ ਦੇਵੇ ਪਰ ਕੀ ਸਾਰੇ 3 ਪੁੱਤਰਾਂ ਵਾਲੇ ਸੁਖੀ ਨੇ ਬਹੁਤ ਸਾਰੇ ਉਹ ਤੁਹਾਨੂੰ ਮਿਲਣਗੇ ਜਿਹੜੇ ਕਹਿੰਣਗੇ ਸਭ ਕੁਝ ਹੈ ਪਰ ਨਿਆਣਿਆਂ ਕਰਕੇ ਬੜੇ ਦੁਖੀ ਆਪਾਂ ਨਿਆਣਿਆਂ ਕਰਕੇ ਬੜੇ ਪਰੇਸ਼ਾਨ ਇਹ ਸਭ ਕੁਝ ਚਾਹੀਦਾ ਹੈ ਪਰ ਜੇ ਇਹ ਸਭ ਕੁਝ ਸਾਨੂੰ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦਾ ਸਾਧਨ ਬਣ ਜਾਏ ਔਰ ਗੁਰਮਤ ਨੇ ਮਾਰਗ ਦਿੱਤਾ ਹੈ ਕਿ ਇਹਨਾਂ ਦਾ ਹੀ ਅਸੀਂ ਰੱਬ ਦੇ ਪਿਆਰ 'ਚ ਜੁੜਨੇ ਇਹਨਾਂ ਰਹੀ ਰੱਬ ਦੇ ਗੁਣ ਗੌਣੇ ਨੇ ਅਕਾਰਥ ਨਹੀਂ ਹੈ ਜੇ ਗੁਰੂ ਪਾਸੋਂ ਮੰਗਣ ਦੀ ਲੋੜ ਵੀ ਪਏ ਤੇ ਕੋਈ ਮਾੜੀ ਗੱਲ ਨਹੀਂ ਐ ਪਰ ਸਤਗੁਰੂ ਜੀ ਕਹਿੰਦੇ ਜੇ ਮੰਗਣਾ ਹੀ ਐ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖੀ ਆਉtre ਮਨ ਕੀ ਭੁੱਖ ਆਪਾਂ ਗੁਰੂ ਪਾਸੋਂ ਆ ਕੇ ਪਰਮਾਤਮਾ ਨੂੰ ਹੀ ਮੰਗ ਲਈਏ ਗੁਰੂ ਦਾ ਪਿਆਰ ਮੰਗ ਲਈਏ ਜਿੱਥੇ ਪਰਮਾਤਮਾ ਦਾ ਨਾਮ ਆ ਜਾਏਗਾ ਉਥੇ ਸਭ ਕੁਝ ਆਪਣੇ ਆਪ ਆ ਜਾਏਗਾ ਜਿੱਥੇ ਪਰਮਾਤਮਾ ਦਾ ਪਿਆਰ ਆ ਜਾਏਗਾ ਨਾ ਦੇਖੋ ਇਹ ਮਨੁੱਖ ਪਰਮਾਤਮਾ ਦੀ ਅੰਸ਼ ਹੈ ਅਰਦਾਸ ਉਹ ਇੱਕ ਸਾਧਨ ਐ ਜਿਵੇਂ ਪੰਛੀ ਉਡਾਰੀ ਮਾਰਦੇ ਨਾ ਖੰਭਾਂ ਦੇ ਨਾਲ ਉੱਚੀ ਉਡਾਰੀ ਭਰਦਾ ਹੈ ਇਹ ਅਰਦਾਸ ਸਾਡੇ ਓਖਾਂਬ ਨੇ ਜਿਹੜੇ ਸਾਡੀ ਸੁਰਤ ਨੂੰ ਪਰਮਾਤਮਾ ਦੇ ਦੇਸ਼ ਵਿੱਚ ਲੈ ਜਾਂਦੇ ਪਰਮਾਤਮਾ ਚ ਲਿਵਲਿਨ ਕਰ ਦਿੰਦੇ ਨੇ ਅਰਦਾਸ ਇਵੇਂ ਹੈ ਜਿਵੇਂ ਦਰਖਤ ਦੀਆਂ ਜੜਾਂ ਹੁੰਦੀਆਂ ਨੇ ਦਰਖਤ ਦੀਆਂ ਜੜਾਂ ਕਰਕੇ ਦਰਖਤ ਹਰਾ ਭਰਾ ਖੜਾ ਰਹਿੰਦਾ ਹੈ ਬਿਲਕੁਲ ਅਸੀਂ ਜ਼ਿੰਦਗੀ ਚ ਖੁਸ਼ਹਾਲ ਰਹਿਣਾ ਹੈ ਜੇ ਅਸੀਂ ਜ਼ਿੰਦਗੀ ਚ ਤੰਦਰੁਸਤ ਰਹਿਣਾ ਹੈ ਖੁਸ਼ ਰਹਿਣਾ ਹੈ ਤੇ ਫਿਰ ਅਰਦਾਸ ਸਾਡੀਆਂ ਜੜਾਂ ਨੇ ਸਾਨੂੰ ਪਰਮਾਤਮਾ ਦੇ ਨਾਲ ਜੋੜਦੀਆਂ ਨੇ ਅਰਦਾਸ ਸਾਨੂੰ ਖੁਸ਼ਹਾਲ ਕਰੇਗੀ ਇਸੇ ਤਰੀਕੇ ਦੇ ਨਾਲ ਅਰਦਾਸ ਉਹ ਪਾਣੀ ਹੈ ਉਹ ਸੋਮਾ ਹੈ ਤਰੀਕਾ ਹੈ ਜਿਹੜਾ ਸਾਨੂੰ ਉਸ ਪ੍ਰਮਾਤਮਾ ਸੁਮੰਦਰ ਦੇ ਨਾਲ ਜੋੜਦਾ ਹੈ ਜਿਹਦੇ ਕਰਕੇ ਸਾਡੀ ਜ਼ਿੰਦਗੀ 'ਚ ਖੇੜਾ ਹੁੰਦਾ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਬੰਦਿਆ ਤੇਰੇ ਮਨ ਦੀ ਕੋਈ ਵੇਦਨ ਹੈ ਨਾ ਗੁਰੂ ਕੋਲ ਆ ਕੇ ਅਰਦਾਸ ਕਰ ਪਰ ਅਰਦਾਸ ਕਰਦੇ ਇਹ ਗੱਲ ਚੇਤਰ ਕੀ ਛੋੜ ਛਾੜ ਸਿਆਣਪ ਸਕਲ ਮਨ ਤਨ ਅਰਪ ਤਰ ਆਪਣੀ ਮੰਦੀਆਂ ਸਿਆਣਪ ਛੱਡ ਦੇ ਇਹ ਨਾ ਕਿ ਕਿ ਮੈਂ ਬੜੀ ਸੁਣੀ ਅਰਦਾਸ ਕਰਦਾ ਹਾਂ ਮੈਂ ਬੜੀ ਜੁੜ ਕੇ ਅਰਦਾਸ ਕਰਦਾ ਹਾਂ ਇਹ ਤਰੀਕੇ ਨਾਲ ਕਰਾਂਗਾ ਸੁਣੀ ਜਾਏਗੀ ਮਨ ਤਨ ਅਰਬਤਰ ਆਪਣਾ ਮਨ ਤਨ ਅਰਪਣ ਕਰਕੇ ਅਰਦਾਸ ਕਰ ਆਪਣੇ ਆਪ ਨੂੰ ਸਮਰਪਣ ਕਰ ਦੇ ਇਮਾਨਦਾਰੀ ਨਾਲ ਜੋ ਕੁਝ ਹੈ ਆਪਣੇ ਗੁਰੂ ਅੱਗੇ ਰੱਖ ਦੇ ਕਿ ਮੈਂ ਇਹੀ ਕੁਝ ਮਹਾਰਾਜ ਜੀ ਤੁਹਾਡੀ ਹੁਕਮ ਦੇ ਵਿੱਚ ਹੈ ਇਸ ਕਰਕੇ ਜਦੋਂ ਅਸੀਂ ਸਮਰਪਣ ਹੋ ਕੇ ਵਿਸ਼ਵਾਸ ਨਾਲ ਨਿਮਰਤਾ ਨਾਲ ਸਿੱਧਕ ਨਾਲ ਅਰਦਾਸ ਕਰਾਂਗੇ ਸਤਗੁਰੂ ਜੀ ਕਹਿੰਦੇ ਅਰਦਾਸ ਕਦੀ ਬਿਰਥਾ ਨਹੀਂ ਜਾਂਦੀ ਹਰ ਧਰਮ ਦੇ ਅੰਦਰ ਅਰਦਾਸ ਦੀ ਗੱਲ ਹੈ ਵੱਡੇ ਵੱਡੇ ਵਿਦਵਾਨਾਂ ਦੇ ਜਦੋਂ ਅਸੀਂ ਵਿਚਾਰ ਪੜਦੇ ਆ ਉਹ ਇਹ ਗੱਲ ਕਹਿੰਦੇ ਕਿ ਜਿਹੜਾ ਬੰਦਾ ਜ਼ਿੰਦਗੀ ਚ ਪ੍ਰੇਰ ਨਾਲੋਂ ਪ੍ਰਾਰਥਨਾ ਨਾਲੋਂ ਅਰਦਾਸ ਨਾਲ ਟੁੱਟ ਸਕਦਾ ਨਾ ਟੁੱਟ ਜਾਂਦਾ ਉਹ ਬੰਦਾ ਜ਼ਿੰਦਗੀ ਚ ਉੱਚਾ ਨਹੀਂ ਉੱਡ ਸਕਦਾ ਕਾਮਯਾਬ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਦੇ ਅੰਦਰ ਜੇ ਆਪਾਂ ਅੱਗੇ ਵਧਣਾ ਹੈ ਕਾਮਯਾਬੀ ਦਾ ਅਰਥ ਨਹੀਂ ਕਿ ਮੇਰੇ ਕੋਲ ਬਹੁਤ ਪੈਸੇ ਨੇ ਕਾਮਯਾਬੀ ਦਾ ਅਰਥ ਨਹੀਂ ਕਿ ਮੈਂ ਦੁਨੀਆ ਦੇ ਬੜਾ ਡੰਡਾ ਚਲਾ ਰਿਹਾ ਇਹਨੂੰ ਕਾਮਯਾਬੀ ਨਹੀਂ ਕਹਿੰਦੇ ਕਾਮਯਾਬੀ ਦਾ ਅਰਥ ਕਿ ਮੈਂ ਖੁਸ਼ਹਾਲ ਕਿੰਨਾ ਕੋ ਜਿੰਦਗੀ ਅੰਦਰ ਮੇਰੀ ਜਿੰਦਗੀ ਅੰਦਰ ਸ਼ਾਂਤੀ ਕਿੰਨੀ ਹੋ ਕ ਚੈਨ ਕਿੰਨਾ ਕੋ ਹੈ ਇਸ ਕਰਕੇ ਉਹ ਕਾਮਯਾਬੀ ਸਾਨੂੰ ਤਾਂ ਹੀ ਮਿਲੇਗੀ ਜੇ ਅਸੀਂ ਪ੍ਰਮਾਤਮਾ ਦੇ ਪਿਆਰ ਜੁੜਾਂਗੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਆਂ ਥਾਂ ਥਾਂ ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਨਿਰੋਲ ਇੱਕ ਵਾਹਿਗੁਰੂ ਜੀ ਦੇ ਚਲਣਾ 'ਚ ਹੀ ਅਰਦਾਸ ਕਰਨ ਦੀ ਗੱਲ ਕਹੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਮੰਗ ਨਾ ਮੰਗਨ ਨੀਕਾ ਹਰ ਜਸ ਗੁਰਤੇ ਮੰਗਣਾ ਭਈ ਮੰਗੋ ਗੁਰੂ ਪਾਸੋਂ ਆ ਕੇ ਪਹਿਲੀ ਗੱਲ ਕਿ ਮੰਗਣਾ ਕਿਹਦੇ ਕੋਲੋਂ ਹੈ ਇਹ ਵੀ ਪਤਾ ਹੋਣਾ ਚਾਹੀਦਾ ਇਹ ਨਹੀਂ ਕਿ ਕਬਰਾਂ ਤੇ ਜਾ ਕੇ ਖੜਾਰੇ ਬੰਦਾ ਜਾਂ ਮਿੱਟੀ ਦੀਆਂ ਢੇਰੀਆਂ ਅੱਗੇ ਖੜਾਰੇ ਜਾਂ ਬੰਦਿਆਂ ਅੱਗੇ ਜਾ ਕੇ ਮੰਗਦਾ ਰਹੇ ਸਤਗੁਰੂ ਜੀ ਕਹਿੰਦੇ ਨੇ ਮਨੁੱਖ ਨੂੰ ਜਾਚਤ ਸ਼ਰਮ ਚਾਹੀਏ ਪ੍ਰਭ ਕਹਿ ਸਿਮਰਨ ਮੋਖ ਮਨੁੱਖ ਨੂੰ ਹੋਰ ਥਾਵਾਂ ਤੋਂ ਜਾਂ ਹੋਰ ਚੀਜ਼ਾਂ ਮੰਗਦੇ ਆਂ ਕੁਝ ਲਾਜ਼ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ ਮੋਖ ਕਹਿੰਨੇ ਮੁਕਤੀ ਕਹਿੰਨੇ ਖਲਾਸੀ ਕਹਿੰਨੇ ਉਹ ਤੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਮਿਲਣੀ ਹੈ ਸੁਖ ਜਿਹੜਾ ਮਨ ਦਾ ਵਿਸਰਾਮ ਜਿਹੜਾ ਉਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਮਿਲਣਾ ਹੈ ਇਸ ਕਰਕੇ 사ਦਗੋ ਸੱਚੇ ਪਾਤਸ਼ਾਹ ਜੀ ਕਿਹਨੇ ਆਪਾਂ ਜੁਰੂ ਜਦੋਂ ਗੁਰੂ ਘਰ ਆਉਂਨੇ ਆ ਅਰਦਾਸ ਕਰੀਏ ਕਿ ਵਾਹਿਗੁਰੂ ਆਪਣੇ ਨਾਮ ਦੀ ਦਾਤ ਬਖਸ਼ੇ ਸਾਨੂੰ ਆਪਣੀ ਚਰਨਾਂ ਦਾ ਪਿਆਰ ਬਖਸ਼ੇ ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਆ ਗਿਆ ਉਹ ਜੋ ਕੁਝ ਵੀ ਵਾਹਿਗੁਰੂ ਜੀ ਦਾ ਉਹ ਤੇ ਸਾਡਾ ਆਪਣਾ ਬਣ ਜਾਏਗਾ ਅਸੀਂ ਵਾਹਿਗੁਰੂ ਜੀ ਦੇ ਬੱਚੇ ਆ ਨਾ ਅਰਦਾਸ ਸਾਨੂੰ ਉਸ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਕਰਨ ਦੇ ਲਈ ਹੈ ਇਸ ਕਰਕੇ ਇਹ ਨਹੀਂ ਕਿ ਅਰਦਾਸ ਕਰਨੀ ਨਹੀਂ ਕੋਈ ਬੰਦਾ ਇਹ ਕਹੇ ਜੀ ਮੇਰੀ ਅਰਦਾਸ ਸੁਣੀ ਨਹੀਂ ਗਈ ਮੈਂ ਤੇ ਹੁਣ ਕਰਨੀ ਨਹੀਂ ਹੈ ਇਹ ਉਹ ਪਹਿਲੀ ਗੱਲ ਉਹਨੇ ਅਰਦਾਸ ਕੀਤੀ ਕਾਦੇ ਲਈ ਹੈ ਜਾਂ ਕੀਤੀ ਕਿਵੇਂ ਹੈ ਇਹ ਉਹਦੇ ਤੇ ਨਿਰਭਰ ਕਰਦਾ ਹੈ ਕਦੀ ਵੀ ਅਰਦਾਸ ਬਿਰਥੀ ਨਹੀਂ ਜਾਂਦੀ ਅਰਦਾਸ ਤੇ ਇਵੇਂ ਹੈ ਜਿਵੇਂ ਬੱਚਾ ਭੁੱਖਾ ਹੁੰਦਾ ਹੈ ਨਾ ਬੱਚਾ ਭੁੱਖਾ ਹੋਏ ਤੇ ਉਹ ਆਪਣੀ ਮਾਂ ਵੱਲ ਨੂੰ ਕਿਵੇਂ ਭੱਜਦਾ ਹੈ ਉਹਨੂੰ ਭੁੱਖ ਜੂ ਲੱਗੀ ਹੋਈ ਹੈ ਇਸ ਕਰਕੇ ਉਹ ਮਾਂ ਵੱਲ ਨੂੰ ਕਿਵੇਂ ਭੱਜਦਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਪਪੀਆ ਹੈ ਨਾ ਪਰ ਪੀਅ ਦੇ ਅੰਦਰ ਪਿਆਸ ਹੁੰਦੀ ਤੇ ਕਿਵੇਂ ਵਿਲਕਦਾ ਹੈ ਉਹਦੀ ਅਰਦਾਸ ਸੁਣੀ ਜਾਂਦੀ ਹੈ ਨਾ ਜਦੋਂ ਅਸੀਂ ਦਿਲੋਂ ਅਰਦਾਸ ਕਰਾਂਗੇ ਇਤਿਹਾਸ ਵਿੱਚ ਬੇਹੰਤ ਗਵਾਹਿਆ ਨੇ ਜਦੋਂ ਵੀ ਜਿੰਨੇ ਜੁੜ ਕੇ ਅਰਦਾਸ ਕੀਤੀ ਉਹ ਸਫਲ ਹੋਈ ਤੇ ਸਾਨੂੰ ਵੀ ਸਾਡੇ ਸਤਿਗੁਰੂ ਸਾਹਿਬ ਜੀ ਕਿੰਨੇ ਕਿ ਮਨ ਦੀ ਕੋਈ ਵੀ ਬੇਦਨ ਹੈ ਬਿਰਥਾ ਹੈ ਆਪਾਂ ਗੁਰੂ ਅੱਗੇ ਅਰਦਾਸ ਕਰੀਏ ਪਰਮਾਤਮਾ ਅਗੇ ਅਰਦਾਸ ਕਰੀਏ ਜ਼ਿੰਦਗੀ ਚ ਉੱਚੇ ਉੱਠਣ ਦਾ ਜ਼ਿੰਦਗੀ ਚ ਸੁਖੀ ਰਹਿਣ ਦਾ ਜ਼ਿੰਦਗੀ ਚ ਖੁਸ਼ਹਾਲ ਰਹਿਣ ਦਾ ਸਭ ਤੋਂ ਵੱਡਾ ਜੋ ਸਾਧਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ ਉਹ ਅਰਦਾਸ ਅਰਦਾਸ ਸਾਡੀ ਇੱਕ ਪੂੰਜੀ ਹੈ ਅਰਦਾਸ ਸਾਡਾ ਸਭ ਤੋਂ ਵੱਡਾ ਧਨ ਹੈ ਸਾਧਨ ਹੈ ਜਿਹੜਾ ਸਾਨੂੰ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਬਖਸ਼ਦਾ ਹੈ ਸਭ ਤੋਂ ਪਹਿਲਾਂ ਤੇ ਸਾਨੂੰ ਸਵੇਰੇ ਉੱਠਦੀ ਹੈ ਅਰਦਾਸ ਕਰਨੀ ਚਾਹੀਦੀ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਸਵੇਰੇ ਜਦੋਂ ਵੀ ਜਿੱਥੇ ਉੱਠਦੇ ਆਂ ਇੱਕ ਵਾਰੀ ਉੱਠ ਕੇ ਇਸ ਕਰਕੇ ਵੀ ਅਰਦਾਸ ਕਰ ਜੀ ਕਿ ਵਾਹਿਗੁਰੂ ਜੀ ਰਾਤ ਬੜੀ ਸੋਹਣੀ ਨਿਕਲੀ ਹੈ ਇੱਕ ਹੋਰ ਨਵਾਂ ਦਿਨ ਦੇਖਣ ਦਾ ਸਾਨੂੰ ਤੁਸੀਂ ਸੁਭਾਗ ਦੇ ਰਹੇ ਹੋ ਜਿੰਦੇ ਉੱਠਵੇਂ ਇਸ ਲਈ ਤੇ ਅਰਦਾਸ ਕਰਨੀ ਚਾਹੀਦੀ ਹੈ ਇਹਨਾਂ ਫਰਜ ਬਣਦਾ ਹੀ ਹੈ ਨਾ ਉਹਦਾ ਧੰਨਵਾਦ ਕਰੀਏ ਇਸ ਕਰਕੇ ਜਦੋਂ ਅਸੀਂ ਆਪਣੀ ਅਰੰਭਤਾ ਹੀ ਅਰਦਾਸ ਤੋਂ ਸ਼ੁਰੂ ਕਰਾਂਗੇ ਸਾਡਾ ਸਾਰਾ ਦਿਨ ਹੀ ਵਧੀਆ ਬਣ ਜਾਏਗਾ ਔਰ ਗੁਰਬਾਣੀ ਇਹ ਗੱਲ ਕਹਿੰਦੀ ਕਿ ਕੋਈ ਵੀ ਕੰਮ ਕਰਨਾ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਅਸੀਂ ਕੋਈ ਵੀ ਕੰਮ ਕਰਨਾ ਹੈ ਤੇ ਪਹਿਲਾਂ ਪਰਮਾਤਮਾ ਦਾ ਆਸਰਾ ਜ਼ਰੂਰ ਲਈਏ ਜਦੋਂ ਤੁਸੀਂ ਪ੍ਰਮਾਤਮਾ ਦਾ ਆਸਰਾ ਸੱਚੇ ਦਿਲ ਨਾਲ ਲੈ ਕੇ ਅਰਦਾਸ ਕਰਦੇ ਆਂ ਸਾਝਾ ਨਾਲ ਸਾਨੂੰ ਪ੍ਰਮਾਤਮਾ ਉਹ ਮੱਤ ਉਹ ਬਲ ਦਿੰਦਾ ਹੈ ਕਿ ਸਾਡੇ ਕਾਰਜ ਰਾਸ ਹੋਣੇ ਸ਼ੁਰੂ ਹੁੰਦੇ ਨੇ ਜਦੋਂ ਵੀ ਕਾਰਜ ਰਾਸ ਹੋਣੇ ਨੇ ਪ੍ਰਮਾਤਮਾ ਨੇ ਤੁਹਾਡੇ ਦੁਆਰਾ ਹੀ ਕਰਨੇ ਨੇ ਤੁਹਾਡੇ ਵਿੱਚ ਬੈਠ ਕੇ ਕਰਨੇ ਨੇ ਉਹ ਪ੍ਰਮਾਤਮਾ ਸਾਡੇ ਅੰਦਰੋਂ ਪਾਵਰ ਦੇਵੇ ਪ੍ਰਮਾਤਮਾ ਬਾਹਰੋਂ ਦੇਵੇ ਕਿਉਂਕਿ ਅੰਦਰ ਵੀ ਉਹ ਬੈਠਾ ਹੈ ਬਾਹਰ ਵੀ ਉਹੀ ਬੈਠਾ ਹੋਇਆ ਸਾਰੇ ਥਾਵਾਂ ਤੇ ਕਈ ਵਿਦਵਾਨ ਕਹਿੰਦੇ ਨੇ ਕਿ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੁਹਾਡੇ ਅੰਦਰੋਂ ਬਲ ਪੈਦਾ ਹੁੰਦਾ ਹੈ ਤੁਹਾਡੇ ਅੰਦਰੋਂ ਸਾਧਨ ਪੈਦਾ ਹੁੰਦੇ ਨੇ ਵਿਵੇਕ ਮਤ ਪੈਦਾ ਹੁੰਦੀ ਹੈ ਭਾਵੇਂ ਅੰਦਰੋਂ ਬਲ ਪੈਦਾ ਹੋਏ ਤੇ ਭਾਵੇਂ ਬਾਹਰੋਂ ਕੋਈ ਸਾਧਨ ਬਣੇ ਸਾਰੇ ਥਾਵਾਂ 'ਤੇ ਪ੍ਰਮਾਤਮਾ ਹੀ ਬੈਠਾ ਹੋਇਆ ਦਰਬਾਰ ਇਸ ਕਰਕੇ ਅਰਦਾਸ ਸਾਨੂੰ ਉਸ ਵਿਸ਼ਾਲ ਪਰਮ ਪਿਤਾ ਪ੍ਰਮਾਤਮਾ ਦੇ ਪਿਆਰ ਵਿੱਚ ਜੋੜਨ ਦਾ ਇੱਕ ਬਹੁਤ ਵੱਡਾ ਵਸੀਲਾ ਹੈ ਜਿਵੇਂ ਜੜਾ ਦਰਖਤ ਲਈ ਜ਼ਰੂਰੀ ਨੇ ਅਰਦਾਸ ਮਨੁੱਖ ਲਈ ਜ਼ਿੰਦਗੀ ਦੇ ਅੰਦਰ ਜ਼ਰੂਰੀ ਹੈ ਪਰ ਜਦੋਂ ਕੋ ਮਨੁੱਖ ਅਰਦਾਸ ਨਾਲੋਂ ਟੁੱਟ ਜਾਂਦਾ ਹੈ ਉਹੀ ਹਾਲਤ ਹੁੰਦੀ ਹੈ ਜਿਵੇਂ ਵੱਡਾ ਸਾਰਾ ਦਰਖਤ ਦੀਆਂ ਜੜ੍ਹਾਂ ਕਟੀਆਂ ਜਾਣ ਸੁੱਕ ਜਾਣ ਉਹ ਦਰਖਤ ਜਿਹੜਾ ਬਰਬਾਦ ਹੋ ਜਾਂਦਾ ਐ ਐਵੇਂ ਜ਼ਿੰਦਗੀ 'ਚ ਅਸੀਂ ਪਰਮਾਤਮਾ ਦੇ ਸ਼ੁਕਰਾਨੇ ਨਾਲੋਂ ਅਰਦਾਸ ਨਾਲੋਂ ਟੁੱਟ ਜਾਈਏ ਤੇ ਸਾਡੀ ਜ਼ਿੰਦਗੀ 'ਚ ਹੋਰ ਭਾਵੇਂ ਸਭ ਕੁਝ ਹੋਏ ਪਰ ਖੁਸ਼ਹਾਲੀ ਕਦੀ ਨਹੀਂ ਆ ਸਕਦੀ ਜ਼ਿੰਦਗੀ ਦਾ ਚਾਹ ਕਦੀ ਨਹੀਂ ਆ ਸਕਦਾ ਜੇ ਜ਼ਿੰਦਗੀ ਦੀ ਖੁਸ਼ਹਾਲੀ ਨਹੀਂ ਹੈ ਤੇ ਬਾਕੀ ਚੀਜ਼ਾਂ ਜਿਹੜੀਆਂ ਉਹ ਅਕਾਰਥ ਨੇ ਦੀਸੇ ਸਗਲ ਬਾਤ ਹੈ ਕਾਮ ਗੁਰਬਾਣੀ ਕਹਿੰਦੀ ਇਹ ਸਭ ਕੁਝ ਅਕਾਰਥ ਹੈ ਇਹ ਤੇ ਨਾਲ ਜਾਣ ਵਾਲਾ ਹੈ ਹੀ ਨਹੀਂ ਐ ਵੱਡੇ ਵੱਡੇ ਤਨਮਾਨ ਵੀ ਧਰਤੀ ਤੇ ਆਏ ਨੇ ਵੱਡੇ ਵੱਡੇ ਬਲਵਾਨ ਵੀ ਧਰਤੀ ਤੇ ਆਏ ਨੇ ਪਰ ਆਤਮ ਸੁਖ ਉਹਨਾਂ ਨੇ ਮਾਣਿਆ ਜਿਹੜੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਦੇ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਆਪਾਂ ਇਹ ਬੜੇ ਪਿਆਰੇ ਬਚਨ ਸਰਵਣ ਕਰੇ ਸਾਂ ਕਿ ਹਕ ਐਸੋ ਸੰਤ ਮਿਲੇ ਕੋ ਪ੍ਰੀਤਮ ਕੋਈ ਐਹੋ ਜਿਹਾ ਰੱਬ ਦਾ ਪਿਆਰਾ ਮਿਲੇ ਜਿਹੜਾ ਸਾਨੂੰ ਪ੍ਰਮਾਤਮਾ ਦਾ ਪਿਆਰ ਜੋੜ ਦੇਵੇ ਉਹ ਜੋੜਨ ਦੇ ਲਈ ਸਾਨੂੰ ਗੁਰੂ ਨੇ ਸਾਧਨ ਦਿੱਤਾ ਹੈ ਅਰਦਾਸ ਜਦੋਂ ਅਰਦਾਸ ਕਰਾਂਗੇ ਦਰਸ਼ਨ ਪਿਆਸੀ ਦਿਨ ਰਾਤ ਚਿਤੋਂ ਅਨੰਦਨ ਨੀਤ ਖੋਲ ਕਬਟ ਗੁਰਮੇਲੀ ਆ ਨਾਨਕ ਹਰ ਸੰਗ ਮੇਤ ਸਾਡੇ ਅੰਦਰੋਂ ਹੀ ਪਤਾ ਲੱਗੇਗਾ ਕਿ ਪ੍ਰਮਾਤਮਾ ਤੇ ਸਾਡੇ ਅੰਦਰ ਬੈਠਾ ਹੋਇਆ ਹੈ ਪ੍ਰਮਾਤਮਾ ਦਾ ਕੋਈ ਰੰਗ ਰੂਪ ਚੱਕਰ ਚ ਜਾਂ ਜਾਤ ਪਾਤ ਨਹੀਂ ਹੈ ਪ੍ਰਮਾਤਮਾ ਤੇ ਸਾਡੇ ਅੰਦਰ ਬੈਠਾ ਹੋਇਆ ਹੈ ਉਹ ਪ੍ਰਮਾਤਮਾ ਦੇ ਅੰਦਰੋਂ ਦੀਦਾਰ ਸਾਨੂੰ ਉਦੋਂ ਹੋਣਗੇ ਜਦੋਂ ਸਾਡੇ ਅੰਦਰ ਦਾ ਇੱਕ ਪੱਧਰ ਬਣ ਜਾਏਗਾ ਅੰਦਰ ਦਾ ਇੱਕ ਲੈਵਲ ਬਣ ਜਾਏਗਾ ਉਹ ਲੈਵਲ ਇਹ ਹੈ ਕਿ ਸਾਡੇ ਅੰਦਰੋਂ ਬੁਰਾਈਆਂ ਮਿਟਣ ਈਮਾਨਦਾਰ ਹੋ ਜਾਈਏ ਸਾਡੇ ਅੰਦਰ ਦਇਆ ਧਰਮ ਸਤ ਸੰਤੋਖ ਆ ਜਾਏ ਸਾਡੀ ਸੁਰਤ ਦਾ ਇੱਕ ਲੈਵਲ ਉਹ ਜਿਹਾ ਬਣਦਾ ਹੈਗਾ ਜੋ ਰੱਬ ਦਾ ਲੈਵਲ ਹੈ ਜੋ ਰੱਬ ਦਾ ਸੁਭਾ ਹੈ ਤੇ ਦੁਨੀਆ ਜਦੋਂ ਇਸ ਪੱਧਰ ਤੇ ਕੋਈ ਮਨੁੱਖ ਪਹੁੰਚਦਾ ਹੈ ਨਾ ਤੇ ਅਕਸਰ ਲੋਕ ਇੱਕ ਗੱਲ ਕਹਿੰਦੇ ਨੇ ਇਹ ਤੇ ਬੰਦਾ ਰੱਬ ਵਰਗਾ ਹੀ ਹੈ ਰੱਬ ਵਰਗਾ ਜਿਹਦੇ ਅੰਦਰ ਪਿਆਰ ਹੋਏ ਦਇਆ ਹੋਏ ਨਿਮਰਤਾ ਹੋਏ ਸੰਤੋਖ ਹੋਏ ਦੁਨੀਆ ਕਹਿੰਦੀ ਹੈ ਤੇ ਬੰਦਾ ਰੱਬ ਵਰਗਾ ਹੀ ਹੈ ਇਸ ਕਰਕੇ ਉਹ ਰੱਬ ਵਰਗੇ ਬਣਦੇ ਲਈ ਸਾਨੂੰ ਗੁਰੂ ਚਰਨਾਂ ਚ ਪ੍ਰਭੂ ਦੇ ਦਰ ਤੇ ਜਰੂਰ ਅਰਦਾਸ ਕਰਨੀ ਚਾਹੀਦੀ ਹੈ ਅਰਦਾਸ ਸਿਰਫ ਤਾਂ ਸਿਰਫ ਇੱਕ ਪਰਮਾਤਮਾ ਅੱਗੇ ਕਰਨੀ ਚਾਹੀਦੀ ਹੈ ਅਰਦਾਸ ਦੇਖੋ ਦੁਨਿਆਵੀ ਵਸਤੂਆਂ ਤੇ ਪਰਮਾਤਮਾ ਨੇ ਦੇਣੀਆਂ ਹੀ ਦੇਣੀਆਂ ਨੇ ਉਹ ਸਿਰ ਠੀਕ ਹੈ ਕਿ ਸਾਡੇ ਮਨ ਅੰਦਰ ਭਰੋਸਾ ਨਹੀਂ ਹੈ ਸਦਕ ਨਹੀਂ ਹੈ ਉਹ ਤੇ ਉਦੋਂ ਵੀ ਸਾਨੂੰ ਰੋਟੀ ਦਿੰਦਾ ਸੀ ਜਦੋਂ ਅਸੀਂ ਕੁਝ ਨਹੀਂ ਸੀ ਕਰ ਸਕਦੇ ਉਹ ਤੇ ਪਰਮਾਤਮਾ ਇੰਨਾ ਮਹਾਨ ਹੈ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਹੈ ਉਹ ਤੇ ਪਰਮਾਤਮਾ ਇੰਨਾ ਮਹਾਨ ਹੈ ਤੇ ਮਾਤ ਗਰਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਬਾਬਾ ਤਾਂ ਨਾ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ 10 ਦਵਾਰਾ ਦੇ ਆਹਾਰ ਅਗਨ ਮੈਂ ਰੱਖੇ ਐਸਾ ਖਸਮਾ ਹਮਾਰਾ ਗੁਰੂ ਸਾਹਿਬ ਜੀ ਦੇ ਰੋਜ਼ ਬਚਨ ਅਸੀਂ ਪੜਦੇ ਆਂ ਸ਼ੈਲ ਪੱਥਰ ਮੈਂ ਜੰਤੂ ਉਪਾਏ ਤਾਂ ਕਾ ਰਿਜਕ ਅੱਗੇ ਕਰਤਰਿਆ ਉਤੇ ਪੱਥਰਾਂ ਵਿੱਚ ਵੀ ਰਿਜਕ ਦਿੰਦਾ ਸਾਨੂੰ ਕਿਉਂ ਨਹੀਂ ਦੇਵੇਗਾ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੋਇਆ ਹੈ ਇਹ ਤੇ ਇਵੇਂ ਆ ਜਿਵੇਂ ਕਿਸੇ ਨੇ ਭੋਜਨ ਤਿਆਰ ਕਰਕੇ ਰੱਖ ਦਿੱਤਾ ਉਹ ਖਾਣਾ ਤੇ ਸਾਨੂੰ ਹੀ ਪਏਗਾ ਨਾ ਉਦਲੀ ਯਤਨ ਤੇ ਸਾਨੂੰ ਕਰਨਾ ਪਏਗਾ ਜੇ ਭੁੱਖ ਮਿਟਾਉਣੀ ਹੈ ਕੋਈ ਤਾਂ ਹਿੰਮਤ ਕਰਨੀ ਪਏਗੀ ਇਸ ਪ੍ਰਕਿਰਤੀ ਅੰਦਰ ਮਨੁੱਖ ਦੇ ਲਈ ਸਭ ਕੁਝ ਬਣਾਇਆ ਹੈ ਪ੍ਰਮਾਤਮਾ ਨੇ ਪਰ ਹਿੰਮਤ ਤਾਂ ਸਾਨੂੰ ਕਰਨੀ ਪਏਗੀ ਯਤਨ ਤੇ ਸਾਨੂੰ ਕਰਨਾ ਪਏਗਾ ਅਰਦਾਸ ਇਸ ਲਈ ਕਰਨੀ ਕਿ ਪ੍ਰਮਾਤਮਾ ਸਾਨੂੰ ਹਿੰਮਤ ਬਖਸ਼ੇ ਪ੍ਰਮਾਤਮਾ ਸਾਨੂੰ ਸੋਚੀ ਬਖਸ਼ੇ ਪ੍ਰਮਾਤਮਾ ਸਾਨੂੰ ਜ਼ਿੰਦਗੀ ਅੰਦਰ ਮਦਦਗਾਰ ਬਣੇ ਕਿ ਅਸੀਂ ਜ਼ਿੰਦਗੀ ਦੇ ਅੰਦਰ ਕੰਮ ਜਾਰ ਹੋ ਸਕੀਏ ਇਸ ਕਰਕੇ ਅਰਦਾਸ ਸਾਡੇ ਅੰਦਰ ਹੌਸਲਾ ਪੈਦਾ ਕਰਦੀ ਹੈ ਆਤਮ ਬਲ ਪੈਦਾ ਕਰਦੀ ਹੈ ਵਿਲ ਪਾਵਰ ਪੈਦਾ ਕਰਦੀ ਹੈ ਸਾਡੇ ਅੰਦਰ ਵਿਵੇਕ ਪੈਦਾ ਕਰਦੀ ਹੈ ਅਰਦਾਸ ਸਾਡੇ ਅੰਦਰ ਪਿਆਰ ਪੈਦਾ ਕਰਦੀ ਹੈ ਇਹ ਚੀਜ਼ਾਂ ਸਿਰਫ ਅਰਦਾਸ ਨਾਲ ਮਿਲ ਸਕਦੀਆਂ ਨੇ ਪੈਸਿਆਂ ਨਾਲ ਨਹੀਂ ਮਿਲ ਸਕਦੀਆਂ ਕੋਈ ਬੰਦਾ ਕਹੇ ਕਿ ਮੈਂ ਆਤਮ ਬਲ ਜਿਹੜਾ ਬਾਜ਼ਾਰੋਂ ਖਰੀਦ ਲਵਾਂ ਜਾਂ ਮੈਂ ਪਿਆਰ ਬਾਜ਼ਾਰੋਂ ਪੈਸਿਆਂ ਨਾਲ ਖਰੀਦ ਲਵਾਂ ਨਹੀਂ ਖਰੀਦਿਆ ਜਾਏਗਾ ਉਦ ਲਈ ਅਰਦਾਸ ਹੈ ਜਿਹੜੀ ਸਾਡੇ ਕੰਮ ਆਉਂਦੀ ਹੈ ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਭ ਤੋਂ ਵੱਡਾ ਸਾਧਨ ਦਿੱਤਾ ਹੈ ਅਸੀਂ ਗੁਰੂ ਚਰਨਾਂ ਜਦੋਂ ਜੁੜਦੇ ਹਾਂ ਦੇਖੋ ਸੰਗਤੀ ਰੂਪ ਚ ਵੀ ਅਰਦਾਸ ਕਰਦੇ ਹਾਂ ਪਹਿਲਾਂ ਵਾਹਿਗੁਰੂ ਜੀ ਦਾ ਧਿਆਨ ਧਰਦੇ ਹਾਂ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਇਹ ਕੋ ਕੇਵਲ ਮੁਖ ਤੋਂ ਨਹੀਂ ਯਾਦ ਕਰਨਾ ਸਾਡੀ ਸੁਰਤ ਦੇ ਅੰਦਰ ਉਹ ਗੁਰੂ ਸਾਹਿਬਾਨ ਦਾ ਉਪਦੇਸ਼ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦੀ ਗੱਲ ਕਰਦੇ ਹਾਂ ਫਿਰ ਅਸੀਂ ਅਰਦਾਸ ਕਰਦੇ ਹਾਂ ਆਪਣੇ ਪੰਜ ਪਿਆਰੇ ਸਹਿਬਾਨ ਨੂੰ ਚੇਤੇ ਕਰਦੇ ਹਾਂ ਜੋ ਸਹਿਬ ਜ਼ਾਦਿਆਂ ਦੀ ਘਲਣਾ ਦੀ ਗੱਲ ਕਰਦੇ ਆਂ ਸ਼ਹੀਦ ਸਿੰਘ ਸਿੰਘਣੀਆਂ ਦੀ ਗੱਲ ਕਰਦੇ ਆਂ ਉਹ ਇਹ ਸਭ ਕੁਝ ਦਰਸਲ ਕਰਨ ਦਾ ਅਰਥ ਕੀ ਹੈ ਅਸੀਂ ਸੋਚਦੇ ਕਿ ਇਹ ਵਾਧੂ ਜੀ ਗੱਲ ਈ ਹੈ ਸਹਿਬ ਇਹ ਵਾਧੂ ਨਹੀਂ ਹੈ ਸਾਡੇ ਬਜ਼ੁਰਗਾਂ ਨੇ ਸਾਡੇ ਸਿਆਣੀਆਂ ਨੇ ਬਹੁਤ ਦੂਰ ਦ੍ਰਿਸ਼ਟੀ ਦੇ ਨਾਲ ਇਹ ਅਰਦਾਸ ਦੇ ਬੋਲ ਬਣਾਏ ਨੇ ਇਹ ਜਿੱਦਾਂ ਕੁਝੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਗਿਆ ਗੁਰੂ ਸਾਹਿਬਾਂ ਨੂੰ ਯਾਦ ਕਰਦੇ ਆਂ ਉਹਨਾਂ ਦੇ ਉਪਦੇਸ਼ਾਂ ਨੂੰ ਬਾਣੀ ਨੂੰ ਯਾਦ ਕਰਦੇ ਆਂ ਜਦੋਂ ਅਸੀਂ ਪੰਜਾਂ ਪਿਆਰਿਆਂ ਦੀ ਕਰਨੀ ਨੂੰ ਯਾਦ ਕਰਦੇ ਆਂ ਔਰ ਚਾਹਉ ਸਹਿਬਜ਼ਾਦੇ ਦੀ ਗੱਲ ਸ਼ਹੀਦ ਸਿੰਘ ਸਿੰਘੜੀਆਂ ਦੀ ਗੱਲ ਅਰਦਾਸ ਸਾਡੇ ਅੰਦਰ ਉਹ ਤਾਕਤ ਪੈਦਾ ਕਰਦੀ ਹੈ ਕਿ ਬੰਦਿਆ ਤੂੰ ਕੋਈ ਨਿਤਾਣਾ ਨਹੀਂ ਹੈ ਤੂੰ ਕਮਸੂਮ ਨਹੀਂ ਹੈ ਬਾਬਾ ਜੋਰਾਵਾਰ ਸਿੰਘ ਫਤੇ ਸਿੰਘ ਨੇ ਵੀ ਕਿਹਾ ਸੀ ਤੁਸੀਂ ਨਦਾਨ ਹੋ ਲੇਕਿਨ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹ ਸਹਿਬਜ਼ਾਦੇ ਸਾਡੇ ਅੰਦਰ ਇੱਕ ਤਾਕਤ ਪੈਦਾ ਕਰਦੇ ਨੇ ਕਿ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਚੁਕਾ ਹੀ ਨਹੀਂ ਸਕਦੀ ਭਾਵੇਂ ਜਿੰਨੇ ਮਰਜੀ ਤੁਸੀਂ ਕਮਜ਼ੋਰ ਹੋ ਉਹ ਸਹਿਬਜ਼ਾਦੇ ਨੂੰ ਚੇਤੇ ਕਰਨ ਦਾ ਇਹ ਅਰਥ ਹੈ ਜਦੋਂ ਅਸੀਂ ਆਪਣੇ ਮਹਾਨ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਉਹ ਦੱਸਦੇ ਨੇ ਕਿ ਕੋਈ ਵੀ ਬਲ ਤੁਹਾਨੂੰ ਖਤਮ ਨਹੀਂ ਕਰ ਸਕਦਾ ਜਦੋਂ ਅਸੀਂ ਉਹਨਾਂ ਬਜ਼ੁਰਗ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਉਹ ਸਾਡੇ ਅੰਦਰ ਇੱਕ ਬਲ ਪੈਦਾ ਕਰਦੇ ਨੇ ਕਿ ਦੁਨੀਆ ਦੀ ਕੋਈ ਤਾਕਤ ਨਹੀਂ ਜਿਹਦੇ ਸਾਹਮਣੇ ਤੁਸੀਂ ਕਮਜ਼ੋਰ ਹੋ ਕਿਉਂਕਿ ਜੇ ਸਾਡੀ ਸੁਰਤ ਅੰਦਰ ਉਹਨਾਂ ਦੀ ਕਰਨੀ ਕੰਨ ਆ ਜਾਏ ਤੇ ਸਾਡੇ ਅੰਦਰ ਇੱਕ ਨਵਾਂ ਬਲ ਪੈਦਾ ਹੁੰਦਾ ਇਸ ਕਰਕੇ ਅਸੀਂ ਆਪਣੀ ਸਾਰੀ ਹਿਸਟਰੀ ਨੂੰ ਵੀ ਚੇਤੇ ਕਰਦੇ ਹਾਂ ਤੇ ਅਖੀਰ ਤੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਆਪਣੇ ਲਈ ਮੰਗਣ ਦੀ ਬਜਾਏ ਦੂਜਿਆਂ ਲਈ ਮੰਗਣਾ ਸ਼ੁਰੂ ਕਰੋ ਤੁਹਾਡੇ ਕੋਲ ਦੁੱਗਣਾ ਆਏਗਾ ਸਰਬੱਤ ਦਾ ਭਲਾ ਮੰਗੋਗੇ ਤੁਹਾਡਾ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਏਗਾ ਸਾਡੀ ਅਰਦਾਸ ਸਮਾਪਤੀ ਇੱਥੇ ਆ ਕੇ ਹੰਨ ਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੇਵਲ ਆਪਣੇ ਲਈ ਮੰਗਣਾ ਅਸੀਂ ਸਾਡੀਆਂ ਅਰਦਾਸਾਂ ਕਈ ਵਾਰੀ ਇੱਥੇ ਤੱਕ ਹੀ ਸੀਮਤ ਹੁੰਦੀਆਂ ਨੇ ਕਿ ਜੋ ਮੈਨੂੰ ਚਾਹੀਦਾ ਹੈ ਹੁਣ ਅਸੀਂ ਰੱਬ ਦੇ ਕਾਨੂੰਨ ਨਹੀਂ ਬਦਲ ਸਕਦੇ ਹੁਣ ਦੇਖੋ ਨਾ ਦੋ ਬੰਦੇ ਜਿਹੜੇ ਨੇ ਉਹ ਮੁਕੱਦਮਾ ਲੜ ਰਹੇ ਨੇ ਹੁਣ ਇੱਕ ਕਹੇਗਾ ਮੈਂ ਜਿੱਤ ਜਾਂ ਦੂਜਾ ਵੀ ਅਰਦਾਸ ਕਰ ਦੂਜਾ ਵੀ ਰੱਬ ਤਾਂ ਫਸ ਗਿਆ ਨਾ ਇੱਥੇ ਹੋਰੀ ਉਲਝਣ ਚ ਕਿਹਨੂੰ ਜਿਤਾਏ ਤੇ ਕਿਹਨੂੰ ਨਾ ਜਿਤਾਏ ਜਿੱਤੇਗਾ ਤੇ ਉਹੀ ਜਿਹੜਾ ਹੱਕਦਾਰ ਹੈ ਜਾਂ ਜਿਹੜਾ ਠੀਕ ਹੈ ਉਹੀ ਜਿੱਤੇਗਾ ਠੀਕ ਆ ਅੱਜ ਕੱਲ੍ਹ ਦੁਨਿਆਵੀ ਅਦਾਲਤਾਂ ਦੇ ਵਿੱਚ ਬਹੁਤ ਕੁਝ ਚੱਲਦਾ ਹੈ ਪਰ ਰੱਬ ਦੀ ਅਦਾਲਤ 'ਤੇ ਕੁਝ ਨਹੀਂ ਚੱਲਦਾ ਇਸ ਕਰਕੇ ਕੋਈ ਕਹਿੰਦਾ ਮੀਂਹ ਪੈ ਜਾਏ ਕੋਈ ਕਹਿੰਦਾ ਨਾ ਪੈ ਰੱਬ ਕਿਦੀ ਮੰਨੇਗਾ ਕੁਦਰਤ ਦੇ ਨਿਯਮਾਂ ਨੂੰ ਨਹੀਂ ਅਸੀਂ ਬਦਲ ਸਕਦੇ ਅਰਦਾਸ ਰੱਬ ਦੇ ਨਿਯਮਾਂ ਨੂੰ ਬਦਲਣ ਲਈ ਨਹੀਂ ਹੈ ਅਰਦਾਸ ਤਾਂ ਆਪਣੇ ਆਪ ਨੂੰ ਬਦਲਣ ਦੇ ਲਈ ਹੈ ਅਰਦਾਸ ਤੇ ਆਪਣੇ ਅੰਦਰ ਬਲ ਤੇ ਸਵੈਮਾਨ ਪੈਦਾ ਕਰਨ ਦੇ ਲਈ ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਜਦੋਂ ਵੀ ਕੋਈ ਗੱਲ ਹੈ ਜੀ ਕਿ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਆਪਣੇ ਗੁਰੂ ਅੱਗੇ ਅਰਦਾਸ ਕਰੋ ਛਾੜ ਸਿਆਣਪ ਸਕਲ ਮਨ ਤਰ ਅਰਪ ਤਰ ਪਰ ਮਨ ਦੀਆਂ ਸਿਆਣਪਾਂ ਚਤਰਈਆਂ ਸਭ ਕੁਝ ਛੱਡ ਕੇ ਇਮਾਨਦਾਰੀ ਦੇ ਨਾਲ ਇਮਾਨਦਾਰੀ ਨਾਲ ਅਰਦਾਸ ਕਰਨੀ ਬੜੀ ਔਖੀ ਹੈ ਕਹਿਣਾ ਸੌਖਾ ਹੈ ਈਮਾਨਦਾਰ ਬਣ ਕੇ ਅਰਦਾਸ ਕਰਨੀ ਆਪਣੇ ਸਾਰੇ ਔਗਣ ਗੁਰੂ ਅਗੇ ਰੱਖਣੇ ਬੜੇ ਔਖੇ ਨੇ ਬੰਦਾ ਲਕਾਉਂਦਾ ਹੀ ਐ ਅਸੀਂ ਲੋਕਾਂ ਕੋਲ ਤੇ ਲਕਾਉਣ ਦੇ ਹੈਗੇ ਆ ਆਦਤ ਸਾਨੂੰ ਅਸੀਂ ਗੁਰੂ ਕੋਲੋਂ ਵੀ ਆਪਣੀਆਂ ਬੁਰਾਈਆਂ ਲਕਾਉਨੇ ਉੱਥੇ ਵੀ ਅਸੀਂ ਵਧੀਆ ਹੀ ਬਣਨਾ ਚਾਹੁੰਨੇ ਆ ਆਪਣੇ ਗੁਨਾ ਨੂੰ ਔਗਣਾਂ ਨੂੰ ਗੁਨਾ ਚ ਹੀ ਬਦਲਨਾ ਚਾਹੁੰਨੇ ਆ ਇਸ ਕਰਕੇ ਸਤਗੁਰੂ ਜੀ ਕਿਨੇ ਸਿਆਣਪਾ ਨੂੰ ਛੱਡ ਕੇ ਈਮਾਨਦਾਰੀ ਦੇ ਨਾਲ ਮਨ ਤਨ ਅਰਪਣ ਕਰਕੇ ਗੁਰੂ ਨੂੰ ਸਮਰਪਨੋ ਕੇ ਜਦੋਂ ਅਰਦਾਸ ਕਰੋਗੇ ਤੁਹਾਡੀ ਅਰਦਾਸ ਯਕੀਨਨ ਪੂਰੀ ਹੋਏਗੀ ਵਾਹਿਗੁਰੂ ਦੇ ਵਿੱਚ ਲਿਵਲਿਨ ਹੋ ਜਾਓਗੇ ਜੋ ਕੁਝ ਵਾਹਿਗੁਰੂ ਦਾ ਉਹ ਤੁਹਾਡਾ ਹੀ ਬਣ ਜਾਏਗਾ ਇਹ ਸਭ ਕੁਝ ਜੋ ਬਣਾਇਆ ਮਨੁੱਖ ਲਈ ਬਣਾਇਆ ਪਰਮਾਤਮਾ ਨੇ ਪਰਮਾਤਮਾ ਨੇ ਆਪ ਤੇ ਕੁਝ ਨਹੀਂ ਨ ਵਰਤਣਾ ਇਸ ਕਰਕੇ ਸਾਨੂੰ ਸਾਡੇ ਸਤਗੁਰੂ ਜੀ ਨੇ ਭਾਵੇਂ ਸਾਰੇ ਧਰਮਾਂ ਚ ਅਰਦਾਸ ਹੁੰਦੀ ਹੈ ਹਰ ਕੋਈ ਕਰਦਾ ਹੈ ਪਰ ਸਾਨੂੰ ਸਾਡੇ ਸਤਗੁਰੂ ਜੀ ਨੇ ਇਹ ਬੜੀ ਵੱਡੀ ਰਹਿਮਤ ਕਰਕੇ ਅਰਦਾਸ ਦੀ ਦਾਤ ਦਿੱਤੀ ਹੈ ਜਦੋਂ ਵੀ ਹਰ ਵੇਲੇ ਸਾਨੂੰ ਤੇ ਵਾਹਿਗੁਰੂ ਜੀ ਦੇ ਪਿਆਰ ਚ ਜੁੜੇ ਰਹਿਣਾ ਚਾਹੀਦਾ ਹੈ ਅਰਦਾਸ ਕਰਦੇ ਰਵਾਂਗੇ ਜ਼ਿੰਦਗੀ ਚ ਹਰੀਆਵਲ ਬਣੀ ਰਹੇਗੀ ਅਰਦਾਸ ਕਰਦੇ ਰਵਾਂਗੇ ਵਾਹਿਗੁਰੂ ਸਾਨੂੰ ਅੰਗ ਸੰਗ ਪ੍ਰਤੀਤ ਨਜ਼ਰ ਆਉਣਗੇ ਵਾਹਿਗੁਰੂ ਨਾਲ ਸਾਡਾ ਪਿਆਰ ਬਣੇਗਾ ਜਿਵੇਂ ਇੱਕ ਛੋਟਾ ਸੋਮਾ ਜਿਹੜਾ ਹੈ ਨਾ ਵੱਡੇ ਨਾਲ ਮਿਲ ਜਾਂਦਾ ਅਸੀਂ ਸਾਡੀ ਹੋਣ ਦਸੀਂ ਕਿਉਂਕਿ ਉਹਦੀ ਅੰਸਾਂ ਅਸੀਂ ਸੰਪੂਰਨ ਨਹੀਂ ਹੈ ਉਸ ਪਰਮ ਪਿਤਾ ਪਰਮਾਤਮਾ ਚ ਜੁੜਨ ਦਾ ਵੱਡਾ ਸਾਧਨ ਸਿਰਫ ਤਾਂ ਸਿਰਫ ਇੱਕ ਅਰਦਾਸ ਹੈ ਕੋਈ ਇਹ ਨਹੀਂ ਕਿ ਮੈਂ ਕਦੇ ਅੱਖਾਂ ਮੀਟ ਕੇ ਬਿਠਾਂਗਾ ਰੱਬ ਨੂੰ ਮਿਲ ਜਾਵਾਂਗਾ ਇਹ ਗੁਰਮਤ ਦਾ ਮਾਰਗ ਨਹੀਂ ਗੁਰਮਤ ਦਾ ਮਾਰਗ ਇਹ ਹੈ ਗੁਰਬਾਣੀ ਰਹੀਂ ਉਹਦੇ ਪਿਆਰ ਜੁੜੋ ਉਹਦੇ ਅੱਗੇ ਅਰਦਾਸ ਕਰੋ ਦਰਸ਼ਨ ਪਿਆਸੀ ਦਿਨ ਰਾਤ ਚਿਤੋਂ ਆਂਦਨ ਨੀਤ ਖੋਲ ਕਪੜ ਗੁਰ ਮੇਲੀਆ ਨਾਨਕ ਹਰ ਸੰਗ ਮੇਤ ਗੁਰੂ ਸਾਡੇ ਕਪਾੜ ਖੋਲ ਦੇਵੇਗਾ ਪਤਾ ਲੱਗੇਗਾ ਕਿ ਪ੍ਰਮਾਤਮਾ ਤੇ ਸਾਡੀ ਅੰਗ ਸੰਗੀ ਹੈ ਸਤਿਗੁਰੂ ਜੀ ਮਿਹਰ ਕਰਨ ਗੁਰੂ ਕੇ ਬਚਨ ਸਾਡੇ ਹਿਰਦੇ ਚ ਵਸਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਿਆਰੇ ਕੀਰਤਨੀਏ ਭਾਈ ਸੈ ਪਈ ਲਖਵਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਚ ਹਾਜ਼ਰ ਹੋਏ ਨੇ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ ਜੀ ਪੁੱਲ ਚੁੱਕ ਦੀ ਖਿਮਾ ਕਰਦੇ ਹਾਂ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ